ਆਓ ਇੱਕ ਵਾਰ ਫਿਰ ਫਤਿਹ ਨਾਲ ਸਾਂਝ ਕਰੀਏ। ਸਰਬੱਤ ਮਾਈ ਭਾਈ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਨੇ ਸਾਡੇ ਨਾਲ ਵਿਚਾਰਾਂ ਸਾਂਝੀਆਂ ਕਰਦਿਆਂ ਹੋਇਆਂ ਸਤਿਗੁਰੂ ਜੀ ਦਾ ਪਾਵਨ ਬਚਨ ਸਾਡੇ ਨਾਲ ਸਾਂਝਾ ਕੀਤਾ ਕਿ ਜੇ ਉਸ ਕਰਤੇ ਨੂੰ ਅਸੀਂ ਜੀਵਨ ਦੇ ਵਿੱਚੋਂ ਵਿਸਾਰ ਦਈਏ ਤਾਂ ਜ਼ਿੰਦਗੀ ਭਰ ਸਾਨੂੰ ਕੇਵਲ ਅਤੇ ਕੇਵਲ ਖੁਆਰੀ ਹੀ ਹੰਡਾਉਣੀ ਪੈਂਦੀ ਹੈ। ਬਾਣੀ ਦੇ ਅੰਦਰ ਬੜੇ ਪਿਆਰੇ ਬਚਨ ਆਉਂਦੇ ਨੇ ਭਾਈ ਸਾਹਿਬ ਜੀ ਨੇ ਵੱਖ ਵੱਖ ਪੱਖਾਂ ਤੋਂ ਕਿ ਕਿਵੇਂ ਅਸੀਂ ਖੁਆਰ ਹੋ ਰਹੇ ਹਾਂ, ਕਿਵੇਂ ਸਾਡਾ ਜੀਵਨ ਜਿਹੜਾ ਉਹ ਦੁੱਖਾਂ ਦੇ ਵਿੱਚ ਬਤੀਤ ਹੋ ਰਿਹਾ ਹੈ। ਹਰੇਕ ਪੱਖ ਨੂੰ ਇੱਥੇ ਰੱਖਣ ਦਾ ਯਤਨ ਕੀਤਾ ਹੈ ਕਿ ਸਤਿਗੁਰੂ ਦੀ ਪਾਵਨ ਬਾਣੀ ਅੰਦਰ ਬਚਨ ਕਰਦੇ ਨੇ ਕਿ ਭਾਈ ਜਿਹੜੇ ਇੱਕ ਦਾ ਦਲ ਛੱਡ ਕੇ ਇੱਧਰ ਉੱਧਰ ਭਟਕਦੇ ਨੇ ਉਹਨਾਂ ਦੀ ਇੱਜ਼ਤ ਆਪਣੇ ਹੱਥ ਹੈ, ਉਹ ਆਪਣੇ ਆਪ ਹੀ ਆਪਣਾ ਜਿਹੜਾ ਮਾਣ ਸਤਿਕਾਰ ਹੈ ਉਹ ਘੱਟੇ ਵਿੱਚ ਰਲਾ ਲੈਂਦੇ ਨੇ। ਪ੍ਰਭ ਅੱਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹੱਤ ਜਸ ਘੱਟ ਹੈ, ਉਹਦੀ ਇੱਜ਼ਤ ਨਹੀਂ ਰਹਿੰਦੀ, ਉਹਦਾ ਕੋਈ ਮਾਣ ਨਹੀਂ ਰਹਿੰਦਾ, ਉਹਦੇ ਕੋਲ ਕੋਈ ਵਡਿਆਈ ਅਤੇ ਚੰਗਿਆਈ ਨਹੀਂ ਰਹਿੰਦੀ ਜਿਹੜਾ ਪ੍ਰਭੂ ਨੂੰ ਤੱਜ ਕੇ ਅਤੇ ਕਿਸੇ ਹੋਰ ਦਾ ਸੇਵਕ ਬਣ ਜਾਂਦਾ ਹੈ। ਪਰ ਜਿਹੜਾ ਗੁਰੂ ਦੇ ਦਰ ਦਾ ਸੇਵਕ ਹੈ ਉਸ ਬਾਰੇ ਸਤਿਗੁਰ ਜੀ ਪਾਵਨ ਬਾਣੀ ਅੰਦਰ ਬਚਨ ਕਰਦੇ ਨੇ, ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਚਰਨੀ ਜਾਇ ਪਾਇਆ। ਸੋ ਇਹ ਦੋਵੇਂ ਰਾਹ ਸਾਡੇ ਕੋਲ ਨੇ ਕਿ ਅਸੀਂ ਜੀਵਨ ਦੇ ਅੰਦਰ ਸੁੱਖ ਕਿਵੇਂ ਪ੍ਰਾਪਤ ਕਰਨੇ ਨੇ ਜਾਂ ਫਿਰ ਜੀਵਨ ਦੇ ਅੰਦਰ ਕੇਵਲ ਖੁਆਰੀ ਹੈ ਜਿਹੜੀ ਉਸਨੂੰ ਹੰਡਾਉਣਾ ਹੈ। ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ। ਹੁਣ ਕੁਝ ਸਮਾਂ ਜਿਵੇਂ ਭਾਈ ਸਾਹਿਬ ਹੋਣਾ ਬੇਨਤੀ ਕਰ ਦਿੱਤੀ ਹੈ ਕਿ ਵਿਚਾਰ ਚਰਚਾ ਜਿਸ ਨੂੰ ਅਸੀਂ ਸਵਾਲ ਜਵਾਬ ਦਾ ਨਾਮ ਵੀ ਦੇ ਦਿੰਦੇ ਹਾਂ ਉਹਦੇ ਵਾਸਤੇ ਰੱਖਿਆ ਗਿਆ। ਬਹੁਤ ਸਾਰੇ ਸਵਾਲ ਸਾਡੇ ਕੋਲ ਪਹਿਲਾਂ ਦੀਵਾਨਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਵਿੱਚੋਂ ਮੈਂ ਇੱਕ ਸਵਾਲ ਲੈ ਕੇ ਅਤੇ ਆਰੰਭਤਾ ਕਰ ਦਿੰਦਾ ਹਾਂ। ਬਾਕੀ ਅਸੀਂ ਚਾਹਵਾਂਗੇ ਕਿ ਸਥਾਨਕ ਸੰਗਤ ਦੇ ਵੱਧ ਤੋਂ ਵੱਧ ਗੁਰਬਾਣੀ ਇਤਿਹਾਸ ਜਾਂ ਮਰਯਾਦਾ ਨਾਲ ਸੰਬੰਧਿਤ ਸਵਾਲ ਸਾਨੂੰ ਲਿਖਤੀ ਤੌਰ 'ਤੇ ਇੱਥੇ ਪਹੁੰਚਾ ਦੇਣ, ਔਰ ਜੇਕਰ ਕੋਈ ਮਾਈ ਭਾਈ ਇੱਥੇ ਲਿਖਤੀ ਤੌਰ 'ਤੇ ਨਹੀਂ ਪਹੁੰਚਾ ਸਕਦਾ, ਕਾਗਜ਼ ਪੈਨ ਦੀ ਘਾਟ ਹੈ, ਆਪ ਜੀ ਹੱਥ ਖੜਾ ਕਰ ਸਕਦੇ ਹੋ, ਆਪ ਜੀ ਤੱਕ ਪਹੁੰਚ ਕੇ ਅਤੇ ਉਹ ਸਵਾਲ ਲੈ ਜਾਣਗੇ। ਆਪ ਜੀ ਵੱਲੋਂ ਆਏ ਹੋਏ ਸਵਾਲਾਂ ਦੇ ਉੱਤੇ ਇੱਥੇ ਵਿਚਾਰ ਪੇਸ਼ ਕਰਨ ਵਾਸਤੇ ਮੈਂ ਸੱਦਾ ਦਿੰਦਾ ਹਾਂ ਸਤਿਕਾਰਯੋਗ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਕਲਵਾ ਅਤੇ ਭਾਈ ਸੁਖਵਿੰਦਰ ਸਿੰਘ ਜੀ ਦਲੇਹਰ ਦੋਵੇਂ ਸੱਜਣ ਆਪ ਜੀ ਵੱਲੋਂ ਆਏ ਹੋਏ ਸਵਾਲਾਂ ਦੇ ਉੱਤੇ ਇੱਥੇ ਵਿਚਾਰ ਪੇਸ਼ ਕਰਨ ਲੱਗੇ। ਸਭ ਤੋਂ ਪਹਿਲਾ ਸਵਾਲ ਭਾਈ ਸੁਖਵਿੰਦਰ ਸਿੰਘ ਹੋਣਾ ਵਾਸਤੇ ਹੈ ਕਿ ਅਸੀਂ ਆਮ ਤੌਰ 'ਤੇ ਇਹ ਪੜ੍ਹਦੇ ਹਾਂ ਕਿ ਕ੍ਰੋਧ ਨਹੀਂ ਸਾਨੂੰ ਕਰਨਾ ਚਾਹੀਦਾ ਜੀ, ਕ੍ਰੋਧ ਜਿਹੜੀ ਹੈ ਉਹ ਬਹੁਤ ਮਾੜੀ ਗੱਲ ਹੈ। ਪਰ ਜੇਕਰ ਕੋਈ ਬੰਦਾ ਗਲਤ ਕੰਮ ਕਰ ਰਿਹਾ ਹੋਵੇ ਤਾਂ ਅਸੀਂ ਕਈ ਵਾਰ ਉਸ ਨਾਲ ਉੱਚੇ ਲਫ਼ਜ਼ਾਂ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਜਾਂ ਮਾੜੀ ਸ਼ਬਦਾਵਲੀ ਵਰਤ ਕੇ ਅਤੇ ਗੱਲ ਕਰਦੇ ਹਾਂ, ਤਾਂ ਕਿਰਪਾ ਕਰਕੇ ਦੱਸਿਆ ਜਾਵੇ ਕਿ ਇਹ ਕ੍ਰੋਧ ਕੀ ਹੁੰਦਾ ਹੈ ਅਤੇ ਇਸ ਨੂੰ ਅਸੀਂ ਕਿਵੇਂ ਛੱਡ ਸਕਦੇ ਹਾਂ। ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਲੇ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਬਾਣੀ ਦਾ ਬਹੁਤ ਉੱਤਮ ਪੱਖ ਜੋ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਆਪ ਜੀ ਨੇ ਸ਼੍ਰਵਣ ਕੀਤਾ ਹੈ। ਸਵਾਲ ਜਵਾਬ ਦੇ ਸਿਲਸਿਲੇ ਦੇ ਵਿੱਚ ਪਹਿਲਾ ਸਵਾਲ ਕ੍ਰੋਧ ਬਾਬਤ ਆਇਆ ਹੈ ਕਿ ਕ੍ਰੋਧ ਕੀ ਹੈ, ਕ੍ਰੋਧ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ, ਉੱਚੀ ਆਵਾਜ਼ ਵਿੱਚ ਬੋਲਣਾ
ਖਰਵੇ ਬੋਲ ਬੋਲਣਾ ਜਾਂ ਕਈ ਵਾਰੀ ਮੰਦੇ ਬੋਲ ਬੋਲਣਾ ਇਤਿਹਾਸਕ ਬੜੇ ਸਾਰੇ ਰੂਪ ਜਿਹੜੇ ਆ ਕ੍ਰੋਧ ਦੇ ਦੇਖੇ ਜਾ ਸਕਦੇ ਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਾਂ ਪੜ੍ਹਦੇ ਹਾਂ ਤਾਂ ਮਹਾਰਾਜ ਦੀ ਬਾਣੀ ਨੇ ਬੜੇ ਖੂਬਸੂਰਤ ਪੱਖ ਰੱਖੇ ਆ। ਪਹਿਲੀ ਗੱਲ ਤਾਂ ਇਹ ਕਿ ਰੱਬ ਦੇ ਵਿੱਚ ਕੋਈ ਘਾਟ ਨਹੀਂ ਹੈ, ਰੱਬ ਪੂਰਾ ਹੈ ਨਾ ਜੀ, ਰੱਬ ਦੇ ਵਿੱਚ ਕੋਈ ਘਾਟ ਨਹੀਂ ਹੈ, ਉਹ ਸੱਚਾ ਹੈ, ਉਹ ਸੰਪੂਰਨ ਹੈ। ਔਰ ਤੁਸੀਂ ਚਲੋ ਬਾਕੀ ਜੇ ਬਾਣੀ ਨਹੀਂ ਪੜ੍ਹੀ ਤਾਂ ਜਪਜੀ ਸਾਹਿਬ ਦਾ ਪਾਠ ਤਾਂ ਤਕਰੀਬਨ ਬਹੁਤਿਆਂ ਨੇ ਸੁਣਿਆ ਅਤੇ ਪੜ੍ਹਿਆ ਹੋਏਗਾ, ਹਰ ਪਿੰਡ ਵਿੱਚ ਹਰ ਗੁਰਦੁਆਰੇ ਵਿੱਚ ਸਵੇਰੇ ਪਾਠ ਹੋ ਰਿਹਾ। ਜਦੋਂ ਤੁਸੀਂ ਜਪਜੀ ਸਾਹਿਬ ਦਾ ਪਾਠ ਹੀ ਪੜ੍ਹਦੇ ਹੋ ਤਾਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿੰਨੇ ਪਿਆਰੇ ਬੋਲ ਰੱਖੇ ਆ। ਔਰ ਜਪਜੀ ਸਾਹਿਬ ਦੀਆਂ ਉਹਨਾਂ ਅਖੀਰਲੀਆਂ ਪੌੜੀਆਂ ਵਿੱਚ ਜਾ ਕੇ ਮਹਾਰਾਜ ਵਾਰ ਵਾਰ ਇਹ ਬਚਨ ਸਾਡੇ ਸਾਹਮਣੇ ਰੱਖਦੇ ਆ, ਆਦੇਸ਼ ਤਿਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ। ਅਗਲੇ ਪਾਸੇ ਅੱਧੀ ਤੁਕ ਦੇਖੋ, ਯੁਗ ਯੁਗ ਇੱਕੋ ਵੇਸ, ਉਹ ਹਰੇਕ ਸਮੇਂ ਇੱਕੋ ਜਿਹਾ ਹੈ, ਉਹਦੇ 'ਚ ਕੋਈ ਬਦਲਾਅ ਨਹੀਂ ਆਉਂਦਾ, ਉਹ ਕਦੀ ਨਹੀਂ ਬਦਲਦਾ। ਜਪਜੀ ਸਾਹਿਬ ਦੇ ਆਰੰਭ 'ਚ ਵੀ ਆਪਾਂ ਪੜ੍ਹਦੇ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਹੁਣ ਸਾਨੂੰ ਜਦੋਂ ਇਹ ਪੱਖ ਸਮਝ ਵਿੱਚ ਆਇਆ ਕਿ ਰੱਬ ਸੰਪੂਰਨ ਹੈ, ਰੱਬ ਵਿੱਚ ਕੋਈ ਘਾਟ ਨਹੀਂ, ਰੱਬ ਵਿੱਚ ਕੋਈ ਕਲੰਕ ਨਹੀਂ, ਰੱਬ ਵਿੱਚ ਕੋਈ ਔਗਣ ਨਹੀਂ, ਰੱਬ ਪੂਰਾ ਹੈ, ਫਿਰ ਸਾਨੂੰ ਦੂਜੇ ਪੱਖ ਵੱਲ ਧਿਆਨ ਦੇਣਾ ਪਏਗਾ ਕਿ ਰੱਬ ਦੀ ਸਾਜੀ ਹੋਈ ਸ੍ਰਿਸ਼ਟੀ ਮਾੜੀ ਕਿਵੇਂ ਹੋ ਸਕਦੀ ਹੈ। ਜੇ ਰੱਬ ਮਾੜਾ ਨਹੀਂ, ਜੇ ਰੱਬ ਗਲਤ ਨਹੀਂ, ਰੱਬ ਵਿੱਚ ਕੋਈ ਔਗਣ ਨਹੀਂ, ਰੱਬ ਵਿੱਚ ਕੋਈ ਖੋਟ ਨਹੀਂ, ਰੱਬ ਵਿੱਚ ਕੋਈ ਕਮਜ਼ੋਰੀ ਨਹੀਂ, ਤੇ ਰੱਬ ਜੀ ਦੀ ਸਾਜੀ ਹੋਈ ਇਹ ਸ੍ਰਿਸ਼ਟੀ ਕਿਵੇਂ ਮਾੜੀ ਹੋ ਸਕਦੀ, ਇਹਦੇ 'ਚ ਕਿਵੇਂ ਗਲਤੀਆਂ ਹੋ ਸਕਦੀਆਂ। ਪੂਰੇ ਕਾ ਕੀ ਆ, ਸਭ ਕੁਛ ਪੂਰਾ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਹ ਸੱਚੇ ਦੀ ਕੋਠੜੀ ਹੈ ਤੇ ਸੱਚਾ ਇਹਦੇ ਵਿੱਚ ਰਹਿੰਦਾ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਹੁਣ ਆਪਾਂ ਵਿਚਾਰ ਇਸ ਪਾਸੇ ਲੈ ਕੇ ਆਈਏ ਕਿ ਜੇ ਰੱਬ ਪੂਰਾ ਹੈ, ਰੱਬ ਸੱਚਾ ਹੈ, ਤੇ ਰੱਬ ਦੀ ਬਣਾਈ ਸ੍ਰਿਸ਼ਟੀ ਵੀ ਕੋਈ ਗਲਤ ਨਹੀਂ ਹੈ, ਮਾੜੀ ਨਹੀਂ ਹੈ। ਰੱਬ ਨੇ ਮਨੁੱਖ ਨੂੰ ਸਾਜਿਆ ਤੇ ਮਨੁੱਖ ਦੇ ਅੰਦਰ ਸ਼ੁਭ ਗੁਣ ਪਾਏ, ਮਨੁੱਖ ਨੂੰ ਸ਼ਕਤੀਆਂ ਦਿੱਤੀਆਂ ਨੇ, ਜਿਹੜੀਆਂ ਸ਼ਕਤੀਆਂ ਮਨੁੱਖ ਵਰਤ ਕੇ ਸਮਾਜ ਦੇ ਅੰਦਰ ਜਿਉਂਦਾ ਹੈ, ਤਰੱਕੀ ਕਰਦਾ ਹੈ, ਜ਼ਿੰਮੇਵਾਰੀਆਂ ਨਿਭਾਉਂਦਾ ਹੈ। ਔਰ ਇਹ ਸਾਰਾ ਜਿੰਨਾ ਜੀਵਨ ਜਿਉਂਦਾ ਹੈ ਮਨੁੱਖ, ਉਹ ਆਪਣੇ ਜੀਵਨ ਵਿੱਚ ਪੈਦਾ ਹੋਈਆਂ ਸ਼ਕਤੀਆਂ ਦੇ ਨਾਲ ਅੱਗੇ ਤੋਂ ਅੱਗੇ ਵਧਦਾ ਫੁੱਲਦਾ ਹੈ। ਇੱਕ ਗੱਲ ਹੋਰ ਧਿਆਨ 'ਚ ਰੱਖੀਏ, ਸੌਖਿਆ ਸਮਝਣ ਲਈ, ਮੰਨ ਲਓ ਸਾਡੇ ਸਰੀਰ ਵਿੱਚ ਇਸ ਵੇਲੇ ਵੀ ਅਸੀਂ ਭਾਵੇਂ ਸਾਰੇ ਤੰਦਰੁਸਤ ਬੈਠੇ ਹਾਂ, ਡਾਕਟਰ ਵੱਲੋਂ ਇਹ ਪੂਰੀ ਤਰ੍ਹਾਂ ਗਰੰਟੀ ਹੈ ਕਿ ਤੁਹਾਨੂੰ ਕੋਈ ਬੁਖਾਰ ਨਹੀਂ ਹੈ, ਸਾਨੂੰ ਕੋਈ ਬੁਖਾਰ ਨਹੀਂ ਹੈ, ਸਾਡਾ ਟੈਂਪਰੇਚਰ ਬੁਖਾਰ ਬਿਲਕੁਲ ਨੋਰਮਲ ਹੈ। ਪਰ ਫਿਰ ਵੀ ਜੇ ਨਾਰਮਲ ਹੈ ਤਾਂ ਵੀ ਇਸ ਸਰੀਰ ਨੂੰ ਟੈਂਪਰੇਚਰ ਤੋਂ ਬਿਨਾਂ ਜੀਵਿਆ ਨਹੀਂ ਜਾ ਸਕਦਾ, ਇਹ ਸਰੀਰ ਨੂੰ ਜਿਉਣ ਲਈ ਟੈਂਪਰੇਚਰ ਅਤ ਜ਼ਰੂਰੀ ਹੈ, ਇਹਦੇ 'ਚ ਤਾਪ ਹੈ, ਪਰ ਜਿੰਨਾ ਇਹ ਸਰੀਰ ਨੂੰ ਜਿਉਣ ਲਈ ਚਾਹੀਦਾ ਉਨਾ ਇੱਕ ਹੱਦ ਵਿੱਚ ਬੱਝਾ ਹੋਇਆ। ਜੇ ਉਹ ਆਪਣੀ ਹੱਦ ਤੋਂ ਉੱਪਰ ਨੂੰ ਜਾਵੇ ਤੇ ਡਾਕਟਰ ਕਹਿੰਦਾ ਤੁਹਾਨੂੰ ਬੁਖਾਰ ਚੜ੍ਹ ਗਿਆ ਹੈ, ਜੇ ਉਹ ਬੁਖਾਰ ਆਪਣੀ ਮਿੱਠੀ ਹੋਈ ਹੱਦ ਤੋਂ ਥੱਲੇ ਨੂੰ ਆਵੇ ਤੇ ਡਾਕਟਰ ਕਹਿੰਦਾ ਤੁਹਾਡਾ ਬੁਖਾਰ ਘੱਟ ਗਿਆ ਹੈ। ਜਿੰਨੀ ਹੱਦ ਹੈ ਕੁਦਰਤ ਵੱਲੋਂ ਮਿੱਠੀ, ਉਨਾ ਰਹਿਣਾ ਜ਼ਰੂਰੀ ਹੈ।
ਇਵੇਂ ਸਾਡੇ ਸਾਰਿਆਂ ਦੇ ਸਰੀਰ ਵਿੱਚ ਬਲੱਡ ਪ੍ਰੈਸ਼ਰ ਜ਼ਰੂਰੀ ਹੈ, ਬਲੱਡ ਪ੍ਰੈਸ਼ਰ ਹੈ। ਡਾਕਟਰ ਸਾਨੂੰ ਚੈੱਕ ਕਰਦਾ ਕਹਿੰਦਾ ਨਹੀਂ ਬਲੱਡ ਪ੍ਰੈਸ਼ਰ ਨਾ ਵਧਿਆ ਨਾ ਘਟਿਆ, ਬਿਲਕੁਲ ਠੀਕ ਹੈ। ਹੁਣ ਇੱਕ ਹੱਦ ਹੈ, ਉਸ ਹੱਦ ਤੋਂ ਉਮਰ ਦੇ ਹਿਸਾਬ ਨਾਲ ਉੱਪਰ ਨੂੰ ਚਲੇ ਜਾਣਾ ਜਾਂ ਬਲੱਡ ਪ੍ਰੈਸ਼ਰ ਦਾ ਹੇਠਾਂ ਨੂੰ ਆ ਜਾਣਾ, ਘੱਟ ਜਾਣਾ ਜਾਂ ਵੱਧ ਜਾਣਾ, ਦੋਨਾਂ ਹਾਲਤਾਂ ਵਿੱਚ ਬਿਮਾਰੀ ਹੈ। ਪਰ ਜੇ ਉਹ ਆਪਣੀ ਹੱਦ 'ਤੇ ਟਿਕਿਆ ਤਾਂ ਉਹ ਬਿਮਾਰੀ ਨੂੰ ਉਹਨੂੰ ਬਿਮਾਰੀ ਨਹੀਂ ਮਿਥਿਆ ਜਾ ਸਕਦਾ। ਇਸੇ ਤਰ੍ਹਾਂ ਰੱਬ ਜੀ ਨੇ ਸਾਡੇ ਜੀਵਨ ਅੰਦਰ ਬੇਅੰਤ ਸ਼ਕਤੀਆਂ ਹੋਰ ਪਾਈਆਂ ਨੇ, ਉਹਨਾਂ ਬੇਅੰਤ ਸ਼ਕਤੀਆਂ ਦੀ ਜੇ ਅਸੀਂ ਵਰਤੋਂ ਕਰਨੀ ਸਿੱਖ ਲਈਏ ਤਾਂ ਗੁਣਿਆ, ਜੇ ਅਸੀਂ ਉਹਨਾਂ ਦੀ ਵਰਤੋਂ ਕਰਨੀ ਨਹੀਂ ਸਿੱਖਦੇ ਤਾਂ ਉਹ ਸਾਰੇ ਔਗਣ ਬਣਦੇ। ਜਿਵੇਂ ਵਧਿਆ ਹੋਇਆ ਬਲੱਡ ਪ੍ਰੈਸ਼ਰ ਬਿਮਾਰੀ ਹੈ, ਜਿਵੇਂ ਵਧਿਆ ਹੋਇਆ ਬੁਖਾਰ ਬਿਮਾਰੀ ਹੈ, ਜਿਵੇਂ ਵਧੀ ਹੋਈ ਭੁੱਖ ਜਿਹੜੀ ਹੈ ਉਹ ਪਰੇਸ਼ਾਨੀਆਂ ਪੈਦਾ ਕਰਦੀ ਹੈ, ਵਧਿਆ ਹੋਇਆ ਭਾਰ ਪਰੇਸ਼ਾਨੀਆਂ ਪੈਦਾ ਕਰਦਾ। ਔਰ ਇਸੇ ਤਰ੍ਹਾਂ ਹੀ ਸਾਡੇ ਜੀਵਨ ਅੰਦਰ ਕ੍ਰੋਧ, ਲੋਭ, ਮੋਹ, ਅਹੰਕਾਰ, ਕ੍ਰੋਧ, ਇਹ ਸਾਰਾ ਕੁਝ ਸਾਡੀਆਂ ਸ਼ਕਤੀਆਂ ਨੇ, ਪਰ ਜਦੋਂ ਵਿਗੜਦੀਆਂ ਨੇ ਉਦੋਂ ਇਹ ਬਿਮਾਰੀਆਂ ਬਣਦੀਆਂ। ਹੁਣ ਧਿਆਨ ਨਾਲ ਦੇਖੋ, ਮਨੁੱਖ ਸਵੈਮਾਣ ਰੱਖੇ ਕਿ ਮੈਂ ਸਿੱਖ ਹਾਂ, ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਇਹ ਮੈਨੂੰ ਮਾਣ ਹੈ। ਗੁਰੂ ਗ੍ਰੰਥ ਸਾਹਿਬ ਵਰਗਾ ਕੋਈ ਵੀ ਗੁਰੂ ਆਲੇ ਦੁਆਲੇ ਸਮਾਜ ਵਿੱਚ ਮੈਨੂੰ ਨਹੀਂ ਲੱਭਦਾ, ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਨ ਵਾਲਾ ਕਿਤੇ ਵੀ ਮੈਨੂੰ ਦਿਖਾਈ ਨਹੀਂ ਦਿੰਦਾ, ਇਹ ਮੈਨੂੰ ਮਾਣ ਹੈ, ਫਖਰ ਹੈ। ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਮੈਂ ਉਹਨੂੰ ਇੰਨ ਬਿੰਨ ਮੰਨਦਾ ਹਾਂ, ਔਰ ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਤੋਂ ਬਿਨਾਂ ਮੈਂ ਕਿਸੇ ਵੀ ਪਾਸੇ ਆਸੇ ਪਾਸੇ ਕਦੀ ਵੀ ਕਿਸੇ ਡਰ ਲਾਲਚ ਦਬਾਅ ਵਿੱਚ ਸਿਰ ਨਹੀਂ ਚੁਕਾਉਂਦਾ, ਇਹ ਮੈਨੂੰ ਮਾਣ ਹੈ, ਇਹ ਹੰਕਾਰ ਨਹੀਂ ਹੈ। ਹੰਕਾਰ ਕਦੋਂ ਬਣਦਾ? ਜਦੋਂ ਮੈਂ ਇਹ ਕਹਾਂ ਮੈਂ ਹੀ ਸਿੱਖ ਹਾਂ, ਬਾਕੀ ਕੋਈ ਸਿੱਖ ਨਹੀਂ ਹੈ। ਜਦੋਂ ਮੈਂ ਇਹ ਕਹਾਂ ਕਿ ਇੱਥੇ ਮੈਂ ਹੀ ਬਹਿ ਸਕਦਾ, ਤੁਸੀਂ ਸਾਰੇ ਪਿਛਾਂ ਹੋ ਕੇ ਬਹੁ, ਮੈਂ ਤੁਹਾਨੂੰ ਬਰਾਬਰ 'ਤੇ ਨਹੀਂ ਬਹਿਣ ਦੇਣਾ, ਇਹ ਹੰਕਾਰ ਹੈ, ਇਹ ਮਾੜਾ ਹੈ। ਪਰ ਜਦੋਂ ਮੈਂ ਇਹ ਮਾਣ ਕਰਾਂ ਕਿ ਮੇਰੇ ਗੁਰੂ ਨੇ ਮੇਰੇ 'ਤੇ ਬੜੇ ਵੱਡੇ ਪਾਰਉਪਕਾਰ ਕੀਤੇ, ਮੈਂ ਇਹਨਾਂ ਪਾਰਉਪਕਾਰਾਂ ਨੂੰ ਲੈ ਕੇ ਜੀਣਾ, ਇਹ ਸਵੈਮਾਣ ਹੈ, ਮਾੜਾ ਨਹੀਂ ਹੈ, ਇਹ ਗੁਣ ਹੈ। ਪਰ ਜਦੋਂ ਉਹ ਸਵੈਮਾਣ ਦੀ ਜਗ੍ਹਾ 'ਤੇ ਅਹੰਕਾਰ ਘਰ ਕਰ ਜਾਏ ਵੀ ਮੈਂ ਇਕੱਲਾ ਹਾਂ, ਮੈਂ ਹੀ ਰਹਿਣਾ ਹੈ, ਮੈਂ ਕਿਸੇ ਹੋਰ ਨੂੰ ਰਹਿਣ ਨਹੀਂ ਦੇਣਾ, ਜੀਣ ਨਹੀਂ ਦੇਣਾ, ਇਹ ਹੰਕਾਰ ਮਾੜਾ ਹੈ। ਮਹਾਰਾਜ ਕਹਿੰਦੇ ਇਹਨੂੰ ਬਿਮਾਰੀ ਨੂੰ ਕੰਟਰੋਲ ਕਰਕੇ ਉੱਥੇ ਲੈ ਆ ਵੀ ਇਹ ਸਾਰੇ ਅਸੀਂ ਗੁਰੂ ਦੇ ਪੁੱਤਰ ਧੀਆਂ, ਸਾਰੇ ਅਸੀਂ ਗੁਰੂ ਦੇ ਪੁੱਤਰ ਧੀਆਂ ਹੋਣ ਦੇ ਨਾਤੇ ਬਰਾਬਰ ਹਾਂ, ਕੋਈ ਉੱਚਾ ਨਹੀਂ, ਕੋਈ ਮਾੜਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਬੁਰਾ ਨਹੀਂ। ਇਸੇ ਤਰ੍ਹਾਂ ਹੀ ਕ੍ਰੋਧ ਵਾਲੀ ਬਾਤ ਹੈ, ਜਦੋਂ ਅਸੀਂ ਕ੍ਰੋਧ ਵਾਲੀ ਬਾਤ ਕਰਦੇ ਹਾਂ ਜਾਂ ਖਰਵੇ ਬੋਲਾਂ ਦੀ ਗੱਲ ਕਰਦੇ ਹਾਂ ਤਾਂ ਖਰਵੇ ਬੋਲਾਂ ਦੀ ਸਾਡੀ ਜਿਹੜਾ ਮਾਪਦੰਡ ਹੈ ਉਹ ਸਾਡਾ ਆਪਣਾ ਹੈ। ਮੰਨ ਲਓ ਅਸੀਂ ਗੁੱਸੇ ਦੀ ਗੱਲ ਕਰਦੇ ਹਾਂ ਵੀ ਜੇ ਕਿਸੇ ਨੇ ਕਿਸੇ ਨੂੰ ਕੁਝ ਬੋਲ ਬੋਲਿਆ, ਧੱਕਾ ਮਾਰਿਆ ਜਾਂ ਕੁਝ ਇਸ ਤਰ੍ਹਾਂ ਦਾ ਵਾਅਦ ਘੱਟ ਵਾਪਰ ਗਈ ਤੇ ਗੁੱਸਾ ਆ ਗਿਆ, ਪਰ ਤੁਸੀਂ ਦੇਖੋਗੇ ਵੀ ਸਮਾਜ ਵਿੱਚ ਬੜੀਆਂ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਐਵੇਂ ਫਾਲਤੂ ਸਾਡੇ ਅੰਦਰ ਕ੍ਰੋਧ ਦਾ ਘਰ ਕਈ ਵਾਰੀ ਕਾਰਨ ਬਣ ਜਾਂਦੀਆਂ। ਅਸਲ ਵਿੱਚ ਸਾਹਮਣੇ ਹੋ ਰਹੀ ਹਰਕਤ ਜਿਹੜੀ ਆ ਉਹ ਸਾਡੇ ਕ੍ਰੋਧ ਦਾ ਕਾਰਨ ਨਹੀਂ ਬਣਦੀ, ਕ੍ਰੋਧ ਦਾ ਕਾਰਨ ਸਾਹਮਣੇ ਖੜਾ ਮਨੁੱਖ ਹੈ, ਜਿਹੜੀਆਂ ਉਹਨੇ ਕਰਤੂਤਾਂ ਸਾਡੇ ਨਾਲ ਕੀਤੀਆਂ ਜਾਂ ਉਹਦੇ ਵੱਲ ਵੇਖ ਕੇ ਜਿਹੜੀ ਸਾਡੀ ਭਾਵਨਾ ਬਣੀ ਉਸ ਕਰਕੇ। ਹੁਣ ਦੇਖੋ ਧਿਆਨ ਨਾਲ, ਤੁਰੇ ਜਾਂਦੇ ਸਮਾਜ ਵਿੱਚ ਆਪਣੇ ਪਿੰਡਾਂ ਦੀ ਹਾਲਤ ਹੈ, ਤੁਰਿਆ ਜਾਂਦਿਆਂ ਕਿਸੇ ਨੇ ਇੰਜ ਕਰਕੇ ਕੀਤਾ ਤੇ ਉਹਨੂੰ ਪਤਾ ਹੈ ਵੀ ਇਹ ਮੇਰਾ ਦੁਸ਼ਮਣ ਹੈ, ਇਹਨੇ ਮੁੱਛ ਤੇ ਹੱਥ ਫੇਰਿਆ, ਬਸ ਚੜ੍ਹ ਕੇ ਵੱਟ। ਕਿਸੇ ਨੇ ਲੰਘਦਿਆਂ ਲੰਘਦਿਆਂ ਖੰਘੂੜਾ ਮਾਰ ਦਿੱਤਾ ਤਾਂ ਵੀ ਸਾਡੇ ਦਰਵਾਜ਼ੇ ਅੱਗੇ ਨੇ ਖੰਘੂੜਾ ਕਿਉਂ ਮਾਰਿਆ, ਚੜ੍ਹ ਕੇ ਵੱਟ। ਮਤਲਬ ਨਿੱਕੀਆਂ ਨਿੱਕੀਆਂ ਗੱਲਾਂ, ਬੋਲਿਆ ਬੋਲ ਕੋਈ ਵੀ ਨਹੀਂ, ਪਰ ਅਸਲੀਅਤ ਵਿੱਚ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਉਹਦੇ ਵਿੱਚ ਜਦੋਂ ਖੁੱਭਦੇ ਹਾਂ, ਉਹਨਾਂ ਨੂੰ ਪਾਲਦੇ ਹਾਂ, ਤਾਂ ਬੜੇ ਸਾਰੇ ਨੁਕਸਾਨ ਸਮਾਜ ਦੇ ਹੋ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਇਸੇ ਕਰਕੇ ਆਖਦੇ ਆ ਕਿ ਭਾਈ ਗੁੱਸਾ ਮਨ ਨਾ ਹੰਡਾਏ,
ਜੇ ਤੂੰ ਗੁੱਸੇ ਨੂੰ ਆਪਣੇ ਮਨ ਚੋਂ ਕੱਢ ਦੇਵੇਂ ਤੇ ਆਪਣੇ ਅੰਦਰ ਸਿਰਫ ਤੇ ਸਿਰਫ ਗੁਣਾਂ ਨੂੰ ਥਾਂ ਦੇ ਕੇ ਰੱਖੇ ਤਾਂ ਇਹ ਜੀਵਨ ਸਫਲਾ ਹੋ ਸਕਦਾ ਹੈ। ਔਗਣ ਤੇਰੇ ਜੀਵਨ ਨੂੰ ਬਰਬਾਦ ਕਰਦੇ ਹੈ, ਗੁਣ ਤੇਰੇ ਜੀਵਨ ਨੂੰ ਜਿਉਣ ਲਈ ਅਤ ਜ਼ਰੂਰੀ ਹੈ। ਗੁਣਾਂ ਦੇ ਮੁਤਾਬਕ ਜੀ, ਤੂੰ ਆਪਣੇ ਔਗਣਾਂ ਨੂੰ ਗਲੋਂ ਲਾਹ ਕੇ ਸੁੱਟ ਦੇ। ਹੁਣ ਲੋਭ, ਮੰਨ ਲਓ ਮਨੁੱਖ ਜਾਂਦਾ, ਮਨੁੱਖ ਕਹਿੰਦਾ ਵੀ ਮੈਂ ਅੱਜ ਇੱਕ ਸ਼ਬਦ ਪੜ੍ਹਿਆ ਹੈ, ਮੈਂ ਦੋ ਪੜ੍ਹ ਕੇ ਹਟਨੇ ਆ, ਮੈਂ ਅੱਗੇ ਰੋਜ਼ ਇੱਕ ਪੰਨਾ ਪਾਠ ਕਰਦਾ, ਅੱਜ ਮੈਂ ਦੋ ਪੰਨੇ ਕਰਨੇ ਸ਼ੁਰੂ, ਅੱਜ ਤੋਂ ਮੈਂ ਦੋ ਪੰਨੇ, ਇਹ ਮਾੜੀ ਬਾਤ ਨਹੀਂ ਹੈ, ਇਹ ਮਾੜੀ ਬਾਤ ਨਹੀਂ ਹੈ। ਪਰ ਜੇ ਕੋਈ ਮਨੁੱਖ ਇਸ ਤਰੀਕੇ ਨਾਲ ਚੱਲ ਪਵੇ, ਜੇ ਕੋਈ ਮਨੁੱਖ ਇਸ ਤਰੀਕੇ ਨਾਲ ਤੁਰ ਪਵੇ, ਇਹ ਵੀ ਤਾਂ ਹੁਣ ਲੋਭ ਹੀ ਹੈ ਨਾ, ਵੀ ਬੰਦਾ ਕਹਿੰਦਾ ਕੱਲ ਗਲਾਸੀ ਪੀਤੀ, ਅੱਜ ਅੱਧੀ ਪੀ ਕੇ ਦੇਖਣੀ, ਇਹ ਮਾੜੀ ਬਾਤ ਹੈ, ਇਹ ਗਲਤ ਹੈ। ਜੇ ਕੋਈ ਮਨੁੱਖ ਆਖੇ ਮੈਂ ਫਲਾਣੇ ਕੋਲੋਂ ਖੋ ਕੇ ਖਾਣਾ, ਉਹਨੂੰ ਘਰੋਂ ਕੱਢ ਦੇਣਾ, ਇਹ ਲੋਭ ਮਾੜਾ ਹੈ। ਮਹਾਰਾਜ ਦੀ ਬਾਣੀ ਕਹਿੰਦੀ ਇਹਨੂੰ ਹਟਾ ਦੇ, ਇਹਨੂੰ ਨਾ ਵਰਤ। ਜਿਹੜਾ ਕਿਸੇ ਦੀ ਬਰਬਾਦੀ ਲਈ ਵਰਤਦਾ ਹੈ, ਇਹਨੂੰ ਲੋਭ ਨੂੰ ਹਟਾ ਦੇ। ਤੂੰ ਲੋਭ ਵਰਤਣਾ ਹੈ ਤਾਂ ਇੱਦਾਂ ਦਾ ਵਰਤ ਜਿਹੜਾ ਤੇਰਾ ਗੁਣ ਬਣ ਕੇ ਰਵੇ। ਤੂੰ ਤਰੱਕੀ ਕਰਨੀ ਹੈ ਤਾਂ ਦੂਜਿਆਂ ਨੂੰ ਡੇਗ ਕੇ ਧੱਕਾ ਮਾਰ ਕੇ ਤਰੱਕੀ ਨਹੀਂ ਕਰਨੀ, ਆਪਣੀ ਮਿਹਨਤ ਨਾਲ, ਲਿਆਕਤ ਨਾਲ, ਗੁਣਾਂ ਨਾਲ ਅੱਗੇ ਵੱਧ, ਇਹ ਤਰੱਕੀ ਤੇਰੀ ਸਫਲਤਾ ਵਾਲੇ ਪਾਸੇ ਜਾਏਗੀ। ਸੋ ਸਾਨੂੰ ਸਤਿਗੁਰੂ ਜੀ ਨੇ ਗੁਣਾਂ ਦੇ ਮੁਤਾਬਕ ਜ਼ਿੰਦਗੀ ਜਿਉਣ ਲਈ ਆਖਿਆ, ਔਗਣਾਂ ਦੇ ਮੁਤਾਬਕ ਜ਼ਿੰਦਗੀ ਜਿਉਣ ਤੋਂ ਮਹਾਰਾਜ ਨੇ ਥਾਂ ਥਾਂ ਬਾਣੀ ਦੇ ਅੰਦਰ ਵਰਜਿਆ ਹੈ। ਇਹ ਸਾਡੇ ਜੀਵਨ ਦੀਆਂ ਸ਼ਕਤੀਆਂ, ਔਰ ਇਹਨਾਂ ਨੂੰ ਸ਼ਕਤੀਆਂ ਨੂੰ ਅਸੀਂ ਕੰਟਰੋਲ ਵਿੱਚ ਰੱਖ ਕੇ, ਆਪਣੇ ਕਾਬੂ ਵਿੱਚ ਰੱਖ ਕੇ ਚੱਲੀਏ ਤੇ ਇਹ ਸੱਚੀ ਜੀਵਨ ਦੀ ਤਾਕਤ ਬਣਦੀ ਹੈ। ਤੇ ਜੇ ਇਹ ਵਿਗੜਦੀਆਂ ਜਾਣ, ਵਾਸ਼ਨਾਵਾਂ ਸਿਰ ਨੂੰ ਚੜ੍ਹਦੀਆਂ ਜਾਣ, ਤਾਂ ਇਹ ਵਿਗੜਿਆ ਹੋਇਆ ਕਾਮ ਬੜੀ ਸਾਰੀ ਸਮਾਜ ਦੀ ਬਰਬਾਦੀ ਕਰਾਉਂਦਾ, ਔਰ ਕਈ ਵਾਰੀ ਧੌਣਾ ਨੀਵੀਆਂ, ਸਿਰ ਨੀਵਾਂ ਕਰਨ ਵਾਲੇ ਪਾਸੇ ਵੀ ਲੈ ਕੇ ਤੁਰ ਪੈਂਦਾ ਹੈ। ਪਰ ਮਹਾਰਾਜ ਨੇ ਦਿੱਤੀਆਂ ਸ਼ਕਤੀਆਂ, ਉਹਨਾਂ ਸ਼ਕਤੀਆਂ ਨੂੰ ਅਸੀਂ ਸ਼ਕਤੀਆਂ ਗੁਣਾਂ ਦੇ ਰੂਪ ਵਿੱਚ ਤਾਂ ਹੀ ਰੱਖ ਸਕਦੇ ਹਾਂ ਜੇ ਬਾਣੀ ਦਾ ਆਸਰਾ ਲੈਂਦੇ ਰਹੀਏ, ਵਰਨਾ ਇਹ ਸ਼ਕਤੀਆਂ ਸਹਿਜ ਸਹਿਜ ਵਿਗੜਦੀਆਂ ਹੋਈਆਂ ਔਗਣਾਂ ਦਾ ਰੂਪ ਧਾਰਨ ਕਰ ਜਾਂਦੀਆਂ ਹਨ। ਸਿਆਣੇ ਕਹਿੰਦੇ ਨੇ ਕਿ ਕ੍ਰੋਧ ਦੇ ਵਿੱਚ, ਗੁੱਸੇ ਦੇ ਵਿੱਚ ਕੀਤਾ ਹੋਇਆ ਫੈਸਲਾ ਜਾਂ ਕੀਤਾ ਹੋਇਆ ਵਾਅਦਾ ਹਮੇਸ਼ਾ ਹੀ ਸ਼ਰਮਿੰਦਗੀ ਦਾ ਕਾਰਨ ਬਣਦਾ ਹੈ। ਜਦੋਂ ਸਾਡਾ BP ਥੋੜ੍ਹਾ ਜਿਹਾ ਠਾਂ ਹੋ ਜਾਵੇ, ਨੋਰਮਲ ਹੋ ਜਾਵੇ, ਤੇ ਉਦੋਂ ਫਿਰ ਦੁਬਾਰਾ ਸਾਨੂੰ ਉਸ ਚੀਜ਼ 'ਤੇ ਸੋਚਣਾ ਚਾਹੀਦਾ। ਅਸਲ ਵਿੱਚ ਜਦੋਂ ਸਾਡੀ ਸੋਚ ਦੇ ਨਾਲ ਦੂਸਰੇ ਦੀ ਸੋਚ ਮੇਲ ਨਹੀਂ ਖਾਂਦੀ, ਉਦੋਂ ਅਕਸਰ ਗੁੱਸਾ ਹੁੰਦਾ ਹੈ, ਅਤੇ ਉਦੋਂ ਹੋਰ ਵੱਧ ਜਾਂਦਾ ਹੈ ਕਿ ਜਦੋਂ ਉਹਦੇ ਉਸ ਗੱਲ ਦੇ ਵਿੱਚ ਸਾਡਾ ਨੁਕਸਾਨ ਹੋ ਰਿਹਾ ਹੋਵੇ, ਅਤੇ ਜਦੋਂ ਕਿਸੇ ਦੇ ਅੰਦਰ ਈਰਖਾ ਜਾਂ ਦੁਵੈਸ਼ ਭਾਵਨਾ ਹੋਵੇ, ਦੂਸਰਾ ਜ਼ਿਆਦਾ ਤਰੱਕੀ ਕਰ ਰਿਹਾ ਹੋਵੇ, ਤਾਂ ਉਦੋਂ ਵੀ ਬੰਦਾ ਜਿਹੜਾ ਅੱਗ ਬੂਲਾ ਹੋ ਜਾਂਦਾ ਹੈ। ਅਤੇ ਬਾਣੀ ਕਹਿੰਦੀ ਹੈ ਕਾਮ ਕ੍ਰੋਧ ਕਾਇਆ ਕੋ ਗਾਲ ਹੈ ਜਿਉਂ ਕੰਚਨ ਸੁਹਾਗਾ ਢਲ। ਅਗਲਾ ਸਵਾਲ ਸ਼ੇਖ ਫਤਿਹ ਦੇ ਨਾਲ ਸੰਬੰਧਿਤ ਆਇਆ ਜੀ, ਗਿਆਨੀ ਜੀ ਹੋਣਾ ਵਾਸਤੇ ਸਵਾਲ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਜਾਂਦਾ ਹੈ ਕਿ ਸ਼ੇਖ ਫਤਿਹ ਨੂੰ ਵਰ ਦਿੱਤਾ ਸੀ, ਇਹਦੇ ਬਾਰੇ ਸਾਡਾ ਸ਼ੰਕਾ ਦੂਰ ਕਰੋ ਜੀ। ਮੈਂ ਨਾਲ ਥੋੜ੍ਹਾ ਜਿਹਾ ਹੋਰ ਸੋਧ ਕਰ ਦਿੰਦਾ, ਕਿਉਂਕਿ ਰਾਤ ਵੀ ਧਾਰੀਵਾਲ ਵਿਖੇ ਬਹੁਤ ਵੱਡਾ ਇਕੱਠ ਸੀ, ਲਗਭਗ 5 ਤੋਂ ਲੈ ਕੇ 7 ਹਜ਼ਾਰ ਦੀ ਗਿਣਤੀ ਸੰਗਤ ਦੀ ਹੋਣੀ। ਉੱਥੇ ਵੀ ਇਹ ਸਵਾਲ ਆਇਆ ਸੀ ਕਿ ਅਸੀਂ ਖੀਰ ਲੈ ਕੇ ਉੱਥੇ ਜਾਂਦੇ ਹਾਂ ਸ਼ੇਖ ਫਤਿਹ ਦੇ, ਅਤੇ ਕਈ ਤਾਂ ਉਨੀ ਦੇਰ ਤੱਕ ਚਾਹ ਨਹੀਂ ਬਣਾਉਂਦੇ ਜਾਂ ਦੋਧੀ ਨੂੰ ਦੁੱਧ ਨਹੀਂ ਦਿੰਦੇ, ਮੁੱਲ ਨਹੀਂ ਵੇਚਦੇ ਜਿੰਨੀ ਦੇਰ ਤੱਕ ਸ਼ੇਖ ਫਤਿਹ ਦੇ ਖੀਰ ਨਾ ਚੜਾਉਣ। ਇਸ ਬਾਰੇ ਗੁਰਮਤ ਔਰ ਇਤਿਹਾਸ ਜਿਹੜਾ ਸਾਡੀ ਕੀ ਅਗਵਾਈ ਕਰਦਾ ਜੀ, ਗਿਆਨੀ ਜੀ ਪਾਸੋਂ ਵਿਚਾਰ ਸ਼ੁਰੂ। ਗੁਰੂ ਪਿਆਰੇ ਸੁਨੇਮਰ ਫਤਿਹ ਪ੍ਰਵਾਨ ਕਰੋ ਅਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਨਾ ਨਾਗਪੁਰ ਮੈਨੂੰ ਕਥਾ ਕਰਨ ਦਾ ਸਮਾਂ ਬਣਿਆ, ਕਾਫੀ ਪੁਰਾਣੀ ਗੱਲ ਹੈ, ਅਤੇ ਸ਼ਾਮ ਦਾ ਸਮਾਂ ਸੀ, ਬੰਦਾ ਪ੍ਰਸ਼ਾਦਾ ਪਾਣੀ ਛੱਕ ਕੇ ਆਇਆ, ਜੇ ਪ੍ਰਸ਼ਾਦਾ ਪਾਣੀ ਛੱਕ ਕੇ ਗੁਰਦੁਆਰੇ ਆਵੇ ਤਾਂ ਨੀਂਦ ਬੜੀ ਹੁੰਦੀ ਹੈ,
ਚੌਂਕੜਾ ਮਾਰ ਕੇ ਉਹ ਬੈਠ ਗਿਆ, ਨੀਂਦ ਨੇ ਥੋੜ੍ਹਾ ਹਲਾਰਾ ਜਿਹਾ ਚਾੜਿਆ ਅਤੇ ਉਹ ਥੋੜ੍ਹਾ ਜਿਹਾ ਗੋਡੇ ਤਾਂ ਕਰਕੇ ਬੈਠ ਗਿਆ। ਉਹਨੂੰ ਇੱਕ ਸੇਵਾਦਾਰ ਆਣ ਕੇ ਕਹਿੰਦਾ ਵੀ ਗੁਰਮੁਖਾ ਸੁੱਤਾ ਆ? ਕਹਿੰਦਾ ਨਹੀਂ 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 ਨਹੀਂ, ਮੈਂ ਤਾਂ ਜਾਗਦਾ ਹਾਂ, ਸੀ ਸੁੱਤਾ। ਉਹ 5-7 ਮਿੰਟਾਂ ਬਾਅਦ ਨੀਂਦ ਆਈ ਹੋਵੇ ਤਾਂ ਫਿਰ ਬੰਦੇ ਨੂੰ ਹਨੇਰੀ ਚੜ੍ਹਦੀ ਹੈ ਨੀਂਦ ਦੀ, ਉਹ ਫਿਰ ਸੁੱਤਾ, ਫਿਰ ਸੇਵਾਦਾਰ ਕੇ ਗੋਡਾ ਹਿਲਾ ਕੇ ਕਹਿੰਦਾ ਗੁਰਮੁਖਾ ਸੌਂ ਗਿਆ ਆ? ਕਹਿੰਦਾ ਨਹੀਂ 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 ਨਹੀਂ, ਮੈਂ ਤਾਂ ਕੀਰਤਨ ਸੁਣਦਾ, ਸੀ ਸੁੱਤਾ ਹੋਇਆ। ਉਹ ਕਹਿੰਦਾ ਫਿਰ ਇਹਨੂੰ ਪੁੱਛਣ ਦਾ ਹੀ ਆਪਾਂ ਕੋਈ ਢੰਗ ਚੇਂਜ ਤਬਦੀਲ ਕਰ ਲਈਏ। ਉਹ ਤੀਜੀ ਵਾਰੀ ਫਿਰ ਆਇਆ, ਗੋਡਾ ਜਿਹਾ ਹਿਲਾ, ਕਹਿੰਦਾ ਗੁਰਮੁਖਾ ਜਿਉਂਦਾ ਆ? ਕਹਿੰਦਾ ਨਹੀਂ 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 ਨਹੀਂ, ਐਸਾ ਨਾ ਹੋਵੇ। ਗੁਰੂ ਪਿਆਰੇ ਆਪਾਂ ਫਤਿਹ ਤੁਹਾਡੇ ਨਾਲ ਸਾਂਝੀ ਕੀਤੀ ਹੈ, ਗੱਜ ਕੇ ਆਖੋ ਵਾਹਿਗੁਰੂ ਜੀ ਕਾ। ਲਓ ਜੀ ਗੱਲ ਜੇ ਸ਼ੇਖ ਪੱਤੇ ਦੀ, ਪਿੱਛੇ ਸਟਾਲ ਲੱਗਿਆ ਪੁਸਤਕਾਂ ਦਾ, ਉਹ ਤਾਂ ਆਪਾਂ ਲੈਣੀਆਂ ਕੋਈ ਨਹੀਂ। ਜੇ ਇੱਥੇ ਹੁੰਦੀਆਂ ਨਾ ਫੋਟੋਆਂ ਵਾਹਰੂ ਵਾਹਰੂ ਵਾਲੀਆਂ ਲੱਗੀਆਂ ਹੁੰਦੀਆਂ, ਇਹ ਘਰ ਵਿੱਚ ਲੈ ਜਾਈਏ ਆਪਾਂ, ਉਹ ਸਾਰੇ ਲੈ ਲੈਣੀ ਹੈਗੀ ਦੇ, ਠੀਕ ਹੈ? ਪੁਸਤਕਾਂ ਜ਼ਰੂਰ ਲੈ ਕੇ ਜਾਇਓ, ਸਟਾਲ ਲੱਗਾ ਪਿੱਛੇ। ਉਹ 'ਚ ਪ੍ਰੋਫੈਸਰ ਸਾਹਿਬ ਸਿੰਘ ਦੀ ਇੱਕ ਪੁਸਤਕ ਹੈ, ਉਹਦੇ ਵਿੱਚ ਜੀਵਨ ਗੁਰੂ ਅਰਜਨ ਪਾਤਸ਼ਾਹ ਜੀ ਦਾ, ਉਹਦੇ ਵਿੱਚ ਸ਼ੇਖ ਪੱਤੇ ਦਾ ਜ਼ਿਕਰ ਕੀਤਾ। ਪਹਿਲਾਂ ਤਾਂ ਸ਼ੇਖ ਪੱਤੇ ਦਾ ਮੁੱਢ ਦੇਖੀਏ, ਜਿਹੜੇ ਸਖੀ ਸਰਬ ਦੀ ਹੈ, ਜਿਹੜੇ ਅੱਜ ਕੱਲ੍ਹ ਲੱਖ ਦਾਤਾ ਪੀ ਆਪਣੇ ਲਾਲਾਂ ਵਾਲਾ ਪੀਰ ਦਾਤਾ ਲੱਖ ਦਾਤਾ ਇਤਿਹਾਸ ਕਈ ਨਾਂ ਹੈਗੇ ਆ, ਇਹਨਾਂ ਦੀਆਂ ਕਬਰਾਂ ਬਣੀਆਂ ਹੋਈਆਂ ਨੇ। ਅਤੇ ਜਦੋਂ ਕਿਸੇ ਬੰਦੇ ਨੂੰ ਪਿੰਡ ਦੇ ਗੁਰਦੁਆਰੇ ਦੀ ਕਮੇਟੀ ਦਾ ਪ੍ਰਧਾਨ ਵੀ ਉਹਦਾ ਲੈ ਲਿਆ ਜਾਵੇ, ਸੈਕਟਰੀ ਦਾ ਉਹਦਾ ਲੈ ਲਿਆ ਜਾਵੇ, ਉਹ ਫਿਰ ਕਮਰਾਂ ਦਾ ਜਾ ਪ੍ਰਧਾਨ ਬਣਦਾ ਜੀ, ਉਹ ਫਿਰ ਕਮਰਾਂ ਦਾ ਜਾ ਸੈਕਟਰੀ ਬਣਦਾ, ਉੱਥੇ ਫਿਰ ਚਾਰ ਸੱਦੀ ਜਾਣ ਕੇ ਗਾਉਣ ਵਾਲਾ ਬੁਲਾਈ ਜਾਵੇਗਾ। ਖੈਰ ਇਹ ਕਹਾਣੀ ਇੱਦਾਂ ਆਪਾਂ ਸੁਣਦੇ ਰਹੇ ਹਾਂ, ਕਿਉਂਕਿ ਮੈਂ ਵੀ 2 ਵਾਰੀ, ਮੇਰਾ ਪਿੰਡ ਪਨਵਾਂ ਫਤਿਹਗੜ੍ਹ ਚੂੜੀਆਂ ਕੋਲੋਂ ਸਾਈਕਲ 'ਤੇ ਮੈਂ ਵੀ 2 ਵਾਰੀ ਖੀਰ ਲੈ ਕੇ ਆਇਆ ਬਚਪਨ ਦੇ ਵਿੱਚ, 6ਵੀਂ ਸਦੀ ਪੜ੍ਹਦਾ ਸੀ, ਪਤਾ ਨਹੀਂ ਸੀ ਹੁੰਦਾ ਹੈਗਾ, ਗੁਆਂਢੀ ਦਾ ਸਾਈਕਲ ਮੰਗ ਕੇ ਲਿਆਂਦਾ, ਰਾਜ ਪੈਂਚਰ ਹੋ ਗਿਆ, ਬੜਾ ਔਖਾ ਜ਼ਮਾਨਾ ਜੀ। ਖੈਰ ਉਹ ਸਾਖੀ ਇੱਦਾਂ ਦੀ ਬਣਾਈ ਹੋਈ ਹੈ ਵੀ ਜਿਹੜਾ ਸ਼ੇਖ ਪੱਤਾ ਜੀ ਗੁਰੂ ਨਾਨਕ ਗੁਰੂ ਅਰਜਨ ਪਾਤਸ਼ਾਹ ਜੀ ਦਾ ਘਰ ਦਾ ਬਾਗੀ ਹੁੰਦਾ ਸੀ, ਪਸ਼ੂ ਚਾਰ ਕੇ ਲਿਆਉਂਦਾ ਹੁੰਦਾ ਸੀ। ਇੱਕ ਦਿਨ ਕੀ ਹੋਇਆ ਵੀ ਖੀਰ ਬੜੀ ਵਧੀਆ ਬਣ ਕੇ ਆਈ ਅਤੇ ਸੇਵਾਦਾਰ ਸਾਰਿਆਂ ਸ਼ਖਸ਼ਕਾਂ ਲਈ ਖੀਰ ਮੋਕ ਗਈ। ਇਹ ਐਵੇਂ ਕਹਾਣੀਆਂ ਬਣਾਈਆਂ ਹੋਈਆਂ। ਅਤੇ ਗੁਰੂ ਸਾਹਿਬ ਨੇ ਦੇਖਿਆ ਵੀ ਸ਼ੇਖ ਪੱਤੇ ਨੂੰ ਖੀਰ ਨਹੀਂ ਮਿਲੀ, ਮੱਝਾਂ ਚਾਰ ਕੇ ਲਿਆਇਆ ਅਤੇ ਗੁਰੂ ਸਾਹਿਬ ਨੇ ਕੋਲ ਬੁਲਾਇਆ, ਪੁੱਛਿਆ ਵੀ ਸ਼ੇਖ ਪੱਤੇ ਵੀ ਤੈਨੂੰ ਖੀਰ ਨਹੀਂ ਮਿਲੀ? ਕਹਿੰਦੇ ਨਹੀਂ ਮਹਾਰਾਜ, ਮੈਨੂੰ ਖੀਰ ਨਹੀਂ ਮਿਲੀ। ਕਹਿੰਦੇ ਜਾ ਤੂੰ ਮਰ ਜਾਏਗਾ ਨਾ, ਫਿਰ ਤੇਰੀ ਕਬਰ ਬਣਾਈ, ਉੱਥੇ ਖੀਰਾਂ ਲੋਕ ਲੈ ਕੇ ਆਇਆ ਕਰਨਗੇ, ਜੇ ਤੂੰ ਮੱਝਾਂ ਨੂੰ ਵਾਰ ਦਿਆ ਕਰੀ ਉਹ ਦੁੱਧ ਦਿਆ ਕਰਨਗੀਆਂ ਅਤੇ ਲੋਕ ਖੁਸ਼ ਹੋ ਖੀਰਾਂ ਲਿਆ ਕਰਨਗੇ, ਜਿਹਦੀ ਕੱਟੀ ਮਰ ਜਾਏਗੀ ਉਹ ਲੋਕ ਰੱਸਾ ਲਿਆ ਕੇ ਚੜ੍ਹਾਇਆ ਕਰਨਗੇ, ਇੱਥੋਂ ਰੱਸਾ ਲੈ ਲਿਆ ਕਰਨਗੇ, ਕੱਟੀਆਂ ਬਚ ਲਿਆ ਕਰਨਗੀਆਂ, ਲੋਕ ਕਿੱਲੇ ਲਿਆ ਗਿਆ ਕਰਨਗੇ, ਆਪਣੇ ਘਰੋਂ ਕਿੱਲਾ ਇੱਥੇ ਛੱਡ ਜਾਣਗੇ, ਇੱਥੋਂ ਕਿੱਲਾ ਲੈ ਜਾਣਗੇ, ਘਰ ਕਿੱਲਾ ਜਾ ਕੇ ਠੋਗੇ, ਕੱਟਾ ਨਹੀਂ ਮਰੇਗਾ, ਫਿਰ ਵੀ ਮਰਦੇ ਰਹੇ। ਅਤੇ ਗੁਰੂ ਪਿਆਰੇ ਨੂੰ ਇਹ ਸ਼ੇਖ ਪੱਤਾ ਸੀ ਸਖੀ ਸਰਨੇ ਦਾ ਪ੍ਰਚਾਰਕ, ਅਤੇ ਇਹ ਗੁਰੂ ਅਰਜਨ ਪਾਤਸ਼ਾਹ ਜੀ ਨੇ ਆ ਤਰਨ ਤਾਰਨ ਸਾਹਿਬ ਦੀ ਧਰਤੀ ਦੇ ਵਾਡਾਕਾਰੀ ਸਰੋਵਰ ਬਣਾਇਆ, ਖੂਹ ਲਵਾਏ, ਉਹਨਾਂ ਨੇ ਕਿਰਸਾਨੀ ਨੂੰ ਸੰਭਾਲ ਦਾ ਯਤਨ ਕੀਤਾ। ਇਹ ਸ਼ੇਖ ਪੱਤਾ ਸਖੀ ਸਰਵਰੀਆਂ ਦਾ ਬਹੁਤ ਵੱਡਾ ਪ੍ਰਚਾਰਕ ਸੀ, ਪਰ ਇਹਦੀ ਕਹਾਣੀ ਗੁਰੂ ਸਾਹਿਬ ਦੇ ਨਾਲ ਜੋੜ ਕੇ ਅਤੇ ਇਹਦੀ ਕਬਰ ਦੇ ਉੱਤੇ ਸਾਰਾ ਸਿੱਖ ਆਵਾਮ ਜਿਹੜਾ ਵੀ ਉਹ ਖੀਰਾਂ ਲੈ ਕੇ ਆ ਰਿਹਾ ਆ, ਅਤੇ ਇੱਥੇ ਆਣ ਕੇ ਸੁਖਣਾ ਸੁਖਦਾ ਵੀ ਅਗਲੀ ਵਾਰੀ ਵੀ ਆਪਾਂ ਖੀਰ ਲੈ ਕੇ ਆਵਾਂਗੇ। ਹੈਂ ਹੁਣ ਗੁਰੂ ਪਿਆਰੇ, ਮੈਂ ਤਾਂ ਵੱਖ ਵੱਖ ਮੁਲਕਾਂ ਦਾ ਆ ਪ੍ਰਚਾਰ ਦੌਰੇ 'ਤੇ ਜਾ ਕੇ ਦੇਖਿਆ ਵੀ ਹੈਗਾ ਵੀ ਕਈਆਂ ਮੁਲਕਾਂ ਵਿੱਚ ਗਊਆਂ ਦੇ ਫਾਰਮ ਬੜੇ ਵਧੀਆ ਨੇ, ਆ ਨਿਊਜ਼ੀਲੈਂਡ ਹੁਣੇ ਹੀ ਆ ਪਿੱਛੇ ਧੂੰਦਾ ਜੀ ਵੀ ਜਾ ਕੇ ਆਏ ਨੇ, ਸਾਰੀ ਟੀਮ ਜਿਹੜੀ ਆ ਸਾਡੇ ਆਪਣੇ ਪ੍ਰੋਫੈਸਰ ਜਿਹੜੇ ਵੀਰ ਨੇ ਵੀ ਅਕਸਰ ਜਾਂਦੇ ਰਹਿੰਦੇ ਨੇ, ਦੇਖਿਆ ਵੀ ਹੈਗਾ। ਉੱਥੇ ਹਜ਼ਾਰ ਹਜ਼ਾਰ ਗਊ ਜਿਹੜੀ ਆ ਵੀ ਖੇਤਾਂ ਵਿੱਚ ਚੁਗਦੀ ਹੈ, ਇੱਕ ਗਊ ਪਿੱਛੇ ਇੱਕ ਖੇਤ ਜਾਂ ਇੱਕ ਖੇਤ ਪਿੱਛੇ ਇੱਕ ਗਊ, ਜਿਹੜੀ 500 ਖੇਤ ਆ 500 ਗਊ, ਅਤੇ ਜਦੋਂ 4 ਵੱਜਦੇ ਆ ਨਾ ਤਾਂ ਉਹ
ਆਪਣੇ ਜਿੱਥੇ ਉਹਨਾਂ ਨੂੰ ਚੋਇਆ ਜਾਂਦਾ ਵੀ ਉੱਥੇ ਲਾਈਨ ਬਣਾ ਕੇ ਤੁਰੀਆਂ ਆਉਂਦੀਆਂ ਨੇ, ਅਤੇ ਕਈ ਗਊਆਂ ਦੇ ਥੱਲੇ ਨਾ ਜਿਹੜੇ 25-25 ਕਿਲੋ ਦੁੱਧ, 30-30 ਕਿਲੋ ਦੁੱਧ, 35-35 ਕਿਲੋ ਦੁੱਧ ਵਾਲੀਆਂ ਵੀ ਜਿਹੜੀਆਂ ਗਊਆਂ ਨੇ ਉੱਥੇ ਤੁਹਾਨੂੰ ਮਿਲ ਜਾਣਗੀਆਂ। ਅਤੇ ਘਾਹ ਚੋਕੇ ਦੁੱਧ ਇੰਨਾ ਵੀ ਆਪਣਾ ਵੀ ਕਈ ਵਾਰੀ ਵਗਣਾ ਸ਼ੁਰੂ ਹੋ ਜਾਂਦਾ। ਅਤੇ ਗੁਰੂ ਪਿਆਰੇ ਉਹ ਸਾਰਾ ਟੱਬਰ ਜਿਹੜਾ ਵੀ ਉਹ ਖੀਰ ਦੀ ਪਹਿਲਾਂ ਤਿਆਰੀ ਕਰਦਾ ਵੀ ਜਿਵੇਂ ਦੱਸਿਆ ਗੁਰਜੰਟ ਸਿੰਘ ਹੋਣਾ ਨੇ ਵੀ ਦੁੱਧ ਸੁੱਚਾ ਉੱਥੇ ਪਹਿਲਾਂ ਚੜ੍ਹਾ ਕੇ ਉਹਨਾਂ ਬਾਅਦ ਵਿੱਚ ਆਪਾਂ ਨਿਆਣੇ ਨੂੰ ਚਾਹ ਵਾਸਤੇ ਪੀਣ ਵਾਸਤੇ ਦੇਵਾਂਗੇ। ਲਓ ਜੀ ਬੜੇ ਔਖੇ ਸਖਾਲੇ ਹੋ ਕੇ ਗਵਾਂਢੀਆਂ ਕੋਲੋਂ 50 ਰੁਪਈਏ ਵੀ ਚੁੱਕਿਆ, 100 ਰੁਪਈਆ ਵੀ ਚੁੱਕਿਆ, ਕਿਰਾਇਆ ਚੁੱਕਿਆ, ਸ਼ੇਖਪੁਰ ਨੇ ਖੀਰ ਲਿਆ ਕੇ ਚੜ੍ਹਾ ਦਿੱਤੀ। ਲੈ ਸ਼ੇਖਪੁਰ ਆ ਖੀਰ ਚੜ੍ਹਾ ਤੀ, ਹੁਣ ਸਾਡੀ ਮੱਝ ਦੁੱਧ ਵੱਧ ਦੇਵੇ। ਅਤੇ ਜਦੋਂ ਘਰ ਆਉਂਦੇ ਨੇ ਕੋਈ ਬਦੂ ਫੜ ਕੇ ਖਲੋਤਾ ਹੁੰਦਾ ਮੱਝ ਦੇ ਦੁਆਲੇ, ਕੋਈ ਸੋਟੇ ਫੜ ਕੇ ਖਲੋਤੇ ਹੁੰਦੇ ਨੇ, ਕੋਈ ਅੱਗੇ ਆਟਾ ਧੂਣ ਰਿਹਾ ਹੁੰਦਾ ਫਟਾਫਟ ਵੀ ਜਿਹੜੀ ਮੱਝ ਆ ਵੀ ਇਹ ਦੁੱਧ ਸਾਨੂੰ ਦੇ ਦੇਵੇ। ਵੀ ਖਿਆਲ ਦੇ ਵਿੱਚ ਚਾਰ ਚਾਰ ਪੰਜ ਪੰਜ ਬੰਦੇ ਟੀਕੇ ਲਾਉਣ 'ਤੇ ਬੈਠੇ ਹੁੰਦੇ ਆ ਵੀ ਟੀਕਾ ਲਾ ਲਈਏ ਦੁੱਧ ਮੈਂ। ਖਿਆਲ ਕਰੇ ਉਹ ਸ਼ੇਰ ਪੱਤੇ ਦੇ ਖੀਰ ਦੇ ਆਪਾਂ ਚੜ੍ਹਾਏ ਹਾਂ, ਪਰ ਮੱਝਾਂ ਨੂੰ ਜਿਹੜੀ ਆ ਵੀ ਉਹ ਪੱਕੀ ਚਰੀ ਪਾ ਰਹੇ ਆ, ਦੁੱਧ ਮੱਝਾਂ ਕਿੱਥੋਂ ਦੇਣਗੀਆਂ। ਇਸ ਵਾਸਤੇ ਸ਼ੇਖ ਪੱਤੇ ਦੇ ਜਿਹੜੀ ਖੀਰ ਚੜ੍ਹਾਉਣੀਆਂ ਨੇ ਇਹ ਮਨਮੱਥ ਜੇ ਕਬਰਾਂ ਦੇ ਖੀਰ ਚੜ੍ਹਾਉਣ ਦੀ ਲੋੜ ਕੋਈ ਨਹੀਂ। ਇਹਨਾਂ ਨੇ ਗੁਰੂ ਪਿਆਰ ਵਾਲੇ ਨੂੰ ਪਿੰਡ ਦੇ ਵਿੱਚ ਆਪਣੇ ਘਰ ਪਰਿਵਾਰ ਨੇ ਰੱਜ ਕੇ ਖੀਰ ਖਵਾ ਲਈ, ਮੈਂ ਕਹਿੰਦਾ ਇਹੋ ਹੀ ਬੜੀ ਵਧੀਆ, ਇਹ ਬੜੀ ਮਨਮੱਥ ਆ। ਕੋਈ ਯੂਪੀ ਵਿੱਚ ਵੀ ਲੋਕ ਤੁਰੇ ਜਾਣ ਡੇ, ਯੂਪੀ ਵਿੱਚ ਵੀ ਲੋਕ ਖੀਰ ਲਿਆ ਕੇ ਵਿੱਚ ਬਰਫ਼ ਪਾ ਕੇ ਲਿਆ ਰਹੇ ਆ ਵੀ ਥੋੜ੍ਹਾ ਸ਼ੇਖ ਪੱਤਾ ਜਿਹੜਾ ਵੀ ਉਹ ਮੰਤਰ ਮਾਰ ਕੇ ਜਿਹੜੀਆਂ ਮੱਝਾਂ ਨੇ ਉਹ ਦੁੱਧ ਵੱਧ ਦੇ ਦੇਣਗੀਆਂ। ਇੱਦਾਂ ਦੀ ਕੋਈ ਕਹਾਣੀ ਨਹੀਂ ਹੈਗੀ, ਆਪਾਂ ਪਿੰਡਾਂ 'ਚ ਰਹਿਣ ਵਾਲੇ ਹਾਂ ਨਾ, ਤੁਸੀਂ ਦੇਖ ਲਓ ਵੀ ਜੇ ਮੱਝ ਦੁੱਧ ਨਹੀਂ ਨਾ ਦੇਦੀ, ਉਹਦੇ ਪਿੱਛੇ ਰਾਤ ਨੂੰ ਰੱਸਾ ਪਾਇਆ ਹੁੰਦਾ ਆ, ਅਗਲੇ ਪਾਸੇ 2 ਬੰਦੇ ਆਟਾ ਧੂਣ ਰਹੇ ਹੁੰਦੇ ਆ, ਇੱਕ ਬੰਦਾ ਨੂੰ ਟੀਕਾ ਲਾ ਰਿਹਾ ਹੁੰਦਾ ਆ, ਇੱਕ ਨਾ ਵਟਸਐਪ 'ਤੇ ਫੋਟੋ ਪਾਈ ਉਹ ਬਦੂਕ ਲਾ ਕੇ ਖਲੋਤਾ ਦੁੱਧ ਦੇਣਾ ਨਹੀਂ ਦੇਣਾ। ਹਾਂ ਹਾਂਜੀ, ਵੇਖੀ ਨਹੀਂ ਕਿਸੇ ਵਟਸਐਪ 'ਤੇ ਫੋਟੋ ਦੇਖੀ ਹੋਣੀ ਮੇਰਾ ਖਿਆਲ ਆ। ਇਸ ਵਾਸਤੇ ਗੁਰੂ ਪਿਆਰੇ ਵੀ ਇਹਨਾਂ ਪੀਰਾਂ ਦੇ ਕੋਲ ਕੱਖ ਨਹੀਂ। ਮੈਂ ਤਾਂ ਆਪਾਂ ਕਈ ਵਾਰੀ ਹੈਰਾਨ ਹੋਈਦਾ ਵੀ ਗੁਰਦੁਆਰੇ ਆਪਾਂ ਆਉਂਦੇ ਕੋਈ ਤਾਂ ਬੁੱਧਵਾਰ ਨੂੰ ਸਾਰਾ ਟੱਬਰ ਲੱਗਿਆ ਹੁੰਦਾ ਆ, ਉਹ ਤੇਲ ਲੈਣਾ ਕਿ ਤੇਲ ਲੈਣਾ, ਕਹਿੰਦੇ ਕਾਹਦੇ ਵਾਸਤੇ ਕਬਰ 'ਤੇ ਦੀਵਾ ਚਗਾ ਕੇ ਆਉਣਾ। ਬੰਦਾ ਪੁੱਛੇ ਬਾਬੇ ਨੇ ਫੇਸਬੁੱਕ ਪੜ੍ਹਨੀ ਭਲਾ, ਹਾਂਜੀ ਕਬਰ ਦੇ ਉੱਤੇ ਜੀ ਉਹ ਟੈਲੀਫੋਨ ਵੀ ਦੇ ਆਈਏ ਆਪਾਂ। ਉਹ ਦੁਨੀਆ ਐਡੀ ਤਰੱਕੀ ਕਰ ਗਏ, ਜਿਹੜੇ ਵਧੀਆ ਬਲਬ ਆ ਗਏ ਆ, ਉਹ ਤਾਂ ਬਲਬ ਹੀ ਲਾ ਛੋੜੇ ਇੱਕ ਵੀ ਤੇਲ ਪਾ ਕੇ ਪੁੱਤਾਂ ਮੁਰਗੇ ਚੜ੍ਹਦਾ ਹੁੰਦਾ ਆ। ਉਹ ਮੁਸਲਮਾਨ ਤਾਂ ਚਲੇ ਗਏ ਪਾਕਿਸਤਾਨ ਦੇ ਵਿੱਚ, ਪਿੱਛੇ ਬਜ਼ੁਰਗ ਰਹਿ ਗਏ, ਉਹਨਾਂ ਨੇ ਕਬਰਾਂ ਆਪਾਂ ਉਹਨਾਂ ਨੂੰ ਪੂਜ ਪੂਜ ਕੇ ਪੱਕੀਆਂ ਬਣਾਤੀਆਂ। ਇਸ ਵਾਸਤੇ ਆਗਿਆ ਪਈ ਅਕਾਲ ਕੀ ਤਵੇ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਕਿ ਸ਼ੇਖ ਪੱਤੇ ਦੀ ਕਬਰ ਫੈਲਾ ਤੁਸੀਂ ਕਰ ਲਿਓ। ਅਗਲਾ ਸਵਾਲ ਹੈ ਜੀ ਕਿ ਅਖੰਡ ਪਾਠ ਸਾਹਿਬ ਦੇ ਸਮੇਂ ਮੱਗ ਦੀ ਅਰਦਾਸ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ, ਔਰ ਕੋਲ ਬੈਠ ਕੇ ਅਤੇ ਇੱਕ ਪਾਸੇ ਅਖੰਡ ਪਾਠ ਸਾਹਿਬ ਚੱਲਦੇ ਹੁੰਦੇ ਅਤੇ ਨਾਲ ਅਸੀਂ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਕਰਦੇ ਹਾਂ, ਕੀ ਇਹ ਠੀਕ ਹੈ ਜੀ? ਸਤਸੰਗਤ ਜੀ, ਅਸਲੀਅਤ ਵਿੱਚ ਸਿੱਖ ਰਹਿਤ ਮਰਿਆਦਾ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰੇ ਆ, ਉਹਨਾਂ ਤੋਂ ਫ੍ਰੀ ਵਿੱਚ ਉੱਥੋਂ ਲਿਟਰੇਚਰ ਹਾਊਸ ਤੋਂ ਮਿਲ ਜਾਂਦੀ ਹੈ, ਲਿਆ ਕੇ ਜ਼ਰੂਰ ਪੜ੍ਹਨੀ ਚਾਹੀਦੀ ਹੈ। ਤਕਰੀਬਨ ਸਾਡੇ ਘਰਾਂ 'ਚ ਬਹੁਤ ਸਾਰੇ ਬੱਚੇ ਪੜ੍ਹੇ ਲਿਖੇ ਆ, ਜੇ ਆਪ ਨਹੀਂ ਪੜ੍ਹ ਸਕਦੇ ਤਾਂ ਕੋਲ ਬਹਿ ਕੇ ਉਹਨਾਂ ਕੋਲੋਂ ਸੁਣ ਲਈਏ। ਸਿੱਖ ਰਹਿਤ ਮਰਿਆਦਾ ਕੋਈ ਬਹੁਤਾ ਵੱਡਾ ਮਸਲਾ ਨਹੀਂ ਹੈ, ਬਹੁਤੀ ਵੱਡੀ ਕਿਤਾਬ ਨਹੀਂ ਹੈ, ਘੰਟਿਆਂ ਬੱਧੀ ਪੜ੍ਹਨ ਵਾਲਾ ਮਸਲਾ ਨਹੀਂ ਹੈ, ਛੋਟੀ ਜਿਹੀ ਕਿਤਾਬ ਹੈ, ਫ੍ਰੀ ਵਿੱਚ ਮਿਲ ਜਾਂਦੀ ਹੈ, ਔਰ ਤੁਸੀਂ ਘਰਾਂ 'ਚ ਰੱਖ ਕੇ ਉਹਨੂੰ ਪੜ੍ਹ ਕੇ ਦੇਖੋ ਵੀ ਅਸਲੀਅਤ ਵਿੱਚ ਪੰਥ ਦਾ ਫੈਸਲਾ ਕੀ ਹੈ। ਤੁਸੀਂ ਦੇਖੋ ਅਖੰਡ ਪਾਠ ਸਾਹਿਬ ਆਰੰਭ ਹੁੰਦਾ, ਭਾਈ ਸਾਹਿਬ ਅਰਦਾਸ ਕਰਦੇ ਆ, ਔਰ ਜਦੋਂ ਅਖੰਡ ਪਾਠ ਆਰੰਭ ਹੁੰਦਾ ਭਾਈ ਸਾਹਿਬ ਅਰਦਾਸ ਕਰਦੇ ਆ, ਅਤੇ ਅਰਦਾਸ ਦਾ ਜਿਹੜੇ ਬੋਲ ਆ ਉਹ ਇਹ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਅਖੰਡ ਪਾਠ ਸਾਹਿਬ ਆਰੰਭ ਕਰਨ ਲੱਗੇ ਹਾਂ, ਮਿਹਰ ਕਰਿਓ। ਜਦੋਂ ਅਖੰਡ ਪਾਠ ਸ਼ਬਦ ਵਰਤਿਆ ਗਿਆ ਨਾ, ਇਹਦਾ ਅਰਥ ਹੈ ਵੀ ਇਹ ਬਿਨਾਂ ਰੁਕਾਵਟ ਦੇ ਲਗਾਤਾਰ ਪੜ੍ਹਿਆ ਜਾਣ ਵਾਲਾ ਪਾਠ ਹੈ, ਇਹਦੇ 'ਚ ਕੋਈ ਰੁਕਾਵਟ ਨਹੀਂ ਪੈਣੀ।
ਇਹਨੂੰ ਰੋਕਿਆ ਨਹੀਂ ਜਾਣਾ, ਇਹਦੇ 'ਚ ਕੋਈ ਬਦਲਾਅ ਨਹੀਂ ਹੋਣਾ, ਇਹ ਪਾਠ ਲਗਾਤਾਰ ਸਮਾਪਤੀ ਤੱਕ ਇਸੇ ਤਰ੍ਹਾਂ ਪੜਿਆ ਜਾਏ। ਪਰ ਹੁਣ ਤੁਸੀਂ ਧਿਆਨ ਨਾਲ ਦੇਖਣਾ ਕਿ ਕਈ ਵਾਰੀ ਨਾ ਸਾਡੇ ਜਿੱਦਾਂ ਬੜੀਆਂ ਨੇ, ਜਿੱਦਾਂ ਬਹੁਤ ਜਿੱਦਾਂ ਕਰਦੇ ਹਾਂ ਅਸੀਂ ਧੱਕੇ ਨਾਲ, ਸਿਰਫ ਇੱਕ ਦੂਜੇ ਦਾ ਵਿਰੋਧ ਕਰਨ ਵਾਸਤੇ ਕਈ ਵਾਰੀ ਇੱਦਾਂ ਦੀਆਂ ਕਹਾਣੀਆਂ ਕਰੀ ਜਾਂਦੇ ਹਾਂ। ਹੁਣ ਮੰਨ ਲਓ ਵੀ ਕਬਰਾਂ 'ਤੇ ਅਖੰਡ ਪਾਠ ਕਰਨ ਵਾਲੀ ਬਾਤ ਹੈ, ਕਰਾਉਣ ਵਾਲੇ ਕੌਣ? ਸਾਡੇ ਸਿੱਖ ਭਰਾ। ਕਰਨ ਵਾਲੇ ਕੌਣ? ਸਾਡੇ ਸਿੱਖ ਭਰਾ। ਅਤੇ ਜੇ ਕੋਈ ਰੋਕਣ ਜਾਂਦਾ ਉਹ ਕੌਣ? ਉਹ ਵੀ ਸਾਡੇ ਸਿੱਖ ਭਰਾ। ਅਤੇ ਕਬਰ ਕਿਹਦੀ ਹੈ? ਕਿ ਤੁਹਾਨੂੰ ਕੀ ਆਫਤ ਆਈ ਉੱਥੇ ਜਾ ਕੇ ਪਾਠ ਕਰਨ ਦੀ? ਜਦੋਂ ਤੁਹਾਡੇ ਕੋਲ ਗੁਰਦੁਆਰੇ ਹੈਗੇ ਆ, ਇੰਨਾ ਸੋਹਣਾ ਪ੍ਰਬੰਧ ਹੈਗਾ, ਪੱਖੇ ਲੱਗੇ, ਸਾਰਾ ਕੁਛ ਉੱਥੇ ਹੈਗਾ, ਤੁਸੀਂ ਚੌਕੇ ਮਹਾਰਾਜ ਅਤੇ ਉੱਥੇ ਕਬਰਾਂ 'ਤੇ ਤੁਰੇ ਜਾਂਦੇ ਹੋ, ਉੱਥੇ ਕਿਵੇਂ ਪਾਠ ਕਰ ਲਓਗੇ? ਉੱਥੇ ਜ਼ਿਆਦਾ ਸਮਝ ਆਉਂਦਾ ਕਿਤੇ? ਉੱਥੇ ਪਾਠ ਜ਼ਿਆਦਾ ਖਾਣੇ ਪੈਂਦਾ? ਨਹੀਂ ਨਹੀਂ, ਅਸਲ ਨਾ ਨਾ ਅਸੀਂ ਘਰ ਪਾਠ ਸੁਣਿਆ, ਨਾ ਗੁਰਦੁਆਰੇ ਸੁਣਿਆ, ਅਤੇ ਨਾ ਹੀ ਅਸੀਂ ਕਬਰ 'ਤੇ ਜਾ ਕੇ ਸੁਣਨਾ। ਅਸੀਂ ਤਾਂ ਰੋਡੇ ਨੂੰ ਖੁਸ਼ ਕਰਨ ਚੱਲੇ ਹਾਂ ਵੀ ਆਹ ਵੇਖ ਮਹਾਰਾਜ ਵੀ ਅਸੀਂ ਇੱਥੇ ਲੈ ਆਉਂਦਾ, ਅਸੀਂ ਤਾਂ ਉਹਦੀਆਂ ਖੁਸ਼ੀਆਂ ਲੈਂਦੇ ਫਿਰਦੇ ਹਾਂ। ਇਵੇਂ ਹੀ ਅਸੀਂ ਜਦੋਂ ਜਿਹਦੀ ਸਾਰੇ ਮਸਲੇ ਜਿਹੜੇ ਆ ਨਾ, ਜਦੋਂ ਧੜੇਬੰਦੀ 'ਚ ਮਸਲਾ ਆ ਜਾਂਦਾ, ਇੱਕ ਕਹਿੰਦੇ ਰੋਕਣਾ, ਦੂਜੇ ਕਹਿੰਦੇ ਨਹੀਂ, ਹਾਲਾਂਕਿ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਸੀ ਕਿ ਮਹਾਰਾਜ ਦਾ ਪ੍ਰਕਾਸ਼ ਕਬਰਾਂ 'ਤੇ ਨਹੀਂ ਕਰਨਾ ਚਾਹੀਦਾ, ਪਰ ਸਾਨੂੰ ਇਹ ਇਸ ਮੁਹਿੰਮ ਨੂੰ ਠੱਲ ਪਾਉਣੀ ਚਾਹੀਦੀ ਸੀ, ਪਰ ਸਾਡੇ ਕਰਾਉਣ ਵਾਲੇ ਜਿੱਦ ਵਿੱਚ ਆ ਕੇ ਧੱਕੇ ਨਾਲ ਐਵੇਂ ਮੁੱਛਾਂ ਨੂੰ ਤਾਅ ਦਿੰਦੇ ਰਹਿੰਦੇ ਆ ਵੀ ਨਹੀਂ ਅਸੀਂ ਤਾਂ ਕਰਾਂਗੇ ਕਰਾਂਗੇ, ਤੁਸੀਂ ਰੋਕ ਕੇ ਵਿਖਾਓ। ਤਾਂ ਸਾਨੂੰ ਉੱਥੋਂ ਗੁਰੇਜ਼ ਕਰਨਾ ਚਾਹੀਦਾ। ਇਵੇਂ ਜਦੋਂ ਅਸੀਂ ਮੱਧ ਦੀ ਅਰਦਾਸ ਦੀ ਬਾਤ ਕਰਦੇ ਹਾਂ, ਤਾਂ ਜਿਹੜਾ ਪੰਥ ਦਾ ਫੈਸਲਾ ਹੈ ਉਹਦੇ ਵਿੱਚ ਤੁਸੀਂ ਧਿਆਨ ਨਾਲ ਪੜ੍ਹ ਕੇ ਦੇਖਣਾ, ਸਿੱਖ ਰਹਿਤ ਮਰਿਆਦਾ ਵਿੱਚ ਜਦੋਂ ਅਖੰਡ ਪਾਠ ਆਰੰਭ ਹੋਇਆ, ਕੜਾਹ ਪ੍ਰਸ਼ਾਦ ਦੀ ਦੇਗ ਆ ਗਈ। ਹੁਣ ਜਿਵੇਂ ਅੱਜ ਕੱਲ੍ਹ ਗਰਮੀ ਹੈ, ਇਹ 3 ਦਿਨ ਦੇਗ ਨਹੀਂ ਚੱਲ ਸਕਦੀ, ਕਿਉਂਕਿ ਜੇ ਦੇਗ ਸਵੇਰੇ ਬਣੀ ਆ ਤਾਂ ਸ਼ਾਮ ਤੱਕ ਖਤਮ ਹੋਏਗੀ ਜਾਂ ਅਗਲੇ ਦਿਨ ਸਵੇਰ ਤੱਕ ਖਤਮ ਕਰਨੀ ਪਏਗੀ। ਗਰਮੀ ਦੇ ਮੌਸਮ ਵਿੱਚ ਲੰਬਾ ਸਮਾਂ ਦੇਗ ਨਹੀਂ ਰਹਿ ਸਕਦੀ। ਇਸ ਕਰਕੇ ਸਾਨੂੰ ਅਗਲੇ ਦਿਨ, ਮੰਨ ਲਓ ਜੇ ਦੇਗ ਦੀ ਲੋੜ ਹੈ ਵੀ ਮੱਥਾ ਟੇਕਣ ਵਾਲੀ ਸੰਗਤ ਆਉਂਦੀ ਹੈ, ਦੇਗ ਬਣਾਓ, ਸਿਰਫ ਦੇਗ ਦੀ ਅਰਦਾਸ ਹੋ ਸਕਦੀ ਹੈ, ਸਿਰਫ ਦੇਗ ਦੀ। ਜਿਹੜੀ ਅਸੀਂ ਕਹਿੰਦੇ ਹਾਂ ਕਿ ਮਹਾਰਾਜ ਤੁਸੀਂ ਸਵੇਰ ਤੋਂ ਕੱਲ੍ਹ ਤੋਂ ਪਾਠ ਆਰੰਭ ਹੋਇਆ ਸੀ ਆਦਿ ਤੋਂ, ਅਤੇ ਅੱਜ ਤੁਸੀਂ ਅੱਧ ਵਿੱਚ ਆਏ ਹੋ, ਅਤੇ ਮਹਾਰਾਜ ਹੁਣ ਸੰਪੂਰਨਤਾ ਤੱਕ, ਅਖੀਰ ਤੱਕ ਜਾਣ ਦਾ ਸਾਨੂੰ ਬਲ ਬਖਸ਼ਿਓ, ਪਤਾ ਕਰਦੇ ਕੀ ਹੈ? ਮੈਂ ਤਾਂ ਕਈ ਵਾਰੀ ਦੇਖਿਆ, ਤੁਸੀਂ ਵੀ ਸ਼ਾਇਦ ਦੇਖਿਆ, ਨੋਟ ਕੀਤਾ ਹੋਵੇ, ਕਿਉਂਕਿ ਸਾਡਾ ਤਾਂ ਰੋਜ਼ ਦਾ ਨਿੱਤ ਦਾ ਕੰਮ ਹੈ, ਜਦੋਂ ਉਹ ਪਾਠ 705 ਦੇ ਨੇੜੇ ਨੇੜੇ ਜਾਣ ਲੱਗਦਾ ਨਾ, ਉਦੋਂ ਪਾਠੀਆਂ ਝੱਲ ਜੋ ਸ਼ੁਰੂ ਹੋ ਜਾਂਦੀ ਹੈ ਵੀ ਮਤਲਬ ਮੱਧ ਚਾਹ ਚੱਲਿਆ, ਅਤੇ ਕੜਾਹ ਪ੍ਰਸ਼ਾਦ ਬਣਾਉਣਾ ਅਤੇ ਅਰਦਾਸ ਕਰਨੀ, ਥੋੜ੍ਹਾ ਜਿਹਾ ਉਹ ਨੇੜੇ ਨੇੜੇ ਅਤੇ ਪ੍ਰਬੰਧ ਕਰਨਾ ਸ਼ੁਰੂ ਕਰ ਦਿੰਦੇ। ਜੇ ਉਹ ਕਿਤੇ ਇੱਦਾਂ ਦੀ ਗੱਲਬਾਤ ਹੋਵੇ ਵੀ ਪਾਠੀ ਨੇੜੇ ਨਹੀਂ ਸੀ ਜਾਂ ਕਿਤੇ ਆਸੇ ਪਾਸੇ ਹੋ ਗਿਆ, ਜਿਹੜਾ ਪਾਠ ਕਰ ਰਿਹਾ ਉਹਨੂੰ ਲੱਗਿਆ ਵੀ ਪਾਠ ਨੇੜੇ ਹੋ ਗਿਆ ਪਰ ਬਾਹਰ ਤਾਂ ਉਹ ਭਾਈ ਆਏ ਨਹੀਂ ਅਜੇ ਦੂਜੇ ਨਾਲ ਦੇ, ਉਹ ਫਿਰ ਆਵਾਜ਼ਾਂ ਮੂਜਾਂ ਮਾਰ ਕੇ ਇਸ਼ਾਰੇ ਇਸ਼ੂਰੇ ਕਰਕੇ ਉਹਨਾਂ ਨੂੰ ਸੱਦਣ ਦੀ ਕੋਸ਼ਿਸ਼ ਕਰਦਾ ਵੀ ਉਹਨਾਂ ਨੂੰ ਲਿਆਓ ਅਤੇ ਆ ਪਾਠ ਤਾਂ ਨੇੜੇ ਆ ਗਿਆ। ਤੁਹਾਡੇ 'ਚੋਂ ਬਹੁਤ ਸਾਰੇ ਵੀਰ ਭੈਣਾਂ ਜਿਹੜੇ ਪਾਠ ਕਰਨ ਵਾਲੇ, ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਪੂਰਨ ਤੌਰ 'ਤੇ ਗਿਆਨ ਹੋਏਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਪੇਜ ਆ ਜੀ, ਕਿੰਨੇ ਪੰਨੇ ਆ ਸਾਰੇ? 1430। ਅਤੇ ਜੇ ਮੰਨ ਲਓ ਮੱਧ ਦਾ ਹੀ ਮਸਲਾ ਬਣਾਉਣਾ ਹੋਵੇ ਤਾਂ 1430 ਦਾ ਅੱਧ ਕਿੰਨਾ ਬਣਦਾ ਜੀ? 700। ਇਹ 705 ਦੇ ਉੱਤੇ ਕਾਰਨ ਅਖੀ ਇੱਥੇ ਸਲੋਕ ਲਿਖਿਆ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ, ਪਰਮੇਸ਼ਵਰਾ। ਲਓ ਜੀ ਇਹ ਸਲੋਕ ਆ ਗਿਆ ਅਤੇ ਮਹਾਰਾਜ ਨੇ ਆਖਿਆ ਵੀ ਇਹ ਲਓ ਜੀ ਆਦਿ ਵੀ ਪੂਰਨ ਅਤੇ ਹੁਣ ਮੱਧ ਦੀ ਗੱਲ ਆਈ ਆ, ਉੱਥੇ ਦੇ ਨਾਲ ਅੰਤ ਪੂਰਨ ਵੀ ਲਿਖਿਆ ਹੋਇਆ। ਉਹ ਸਲੋਕ ਮੱਧ ਲਾਉਣ ਵਾਸਤੇ ਨਹੀਂ ਹੈ, ਇਹ ਸਲੋਕ ਪਹਿਲਾਂ ਜਪਜੀ ਦੇ ਆਰੰਭ ਵਿੱਚ ਵੀ ਆਇਆ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ।
ਇਹ ਸਲੋਕ ਸੁਖਮਨੀ ਸਾਹਿਬ ਦੇ ਵਿੱਚ ਵੀ ਆਇਆ ਹੋਇਆ, ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ। ਅਸਲੀਅਤ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੱਧ ਦੀ ਅਰਦਾਸ ਦਾ ਮਸਲਾ ਪੰਥ ਵਿੱਚ ਨਹੀਂ ਪ੍ਰਮਾਣ, ਸਿੱਖ ਰਹਿਤ ਮਰਜ਼ਾਦਾ ਵਿੱਚ ਇਹਦਾ ਕੋਈ ਜ਼ਿਕਰ ਨਹੀਂ ਹੈ। ਤੁਸੀਂ ਅਰਦਾਸ ਕਰਨੀ ਕੜਾਹ ਪ੍ਰਸ਼ਾਦੀ ਬੇਸ਼ੱਕ ਕਰ ਲਓ, ਪਰ ਫਿਰ ਕੀ ਕਰਨਗੇ, ਉਹ ਕੜਾਹ ਪ੍ਰਸ਼ਾਦੀ ਅਰਦਾਸ ਵੀ ਕਰੀ ਜਾਂਦੇ ਆ, ਮਹਾਰਾਜ ਦੇ ਅੱਧ ਦੀ ਗੱਲ ਵੀ ਕਰੀ ਜਾਂਦੇ ਆ, ਫਿਰ ਚੱਲਦੇ ਪਾਠ ਵਿੱਚ ਹੁਕਮਨਾਮੇ ਵੀ ਲਈ ਜਾਂਦੇ। ਉਹ ਸਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ। ਸਾਰੀ ਬਾਣੀ ਜਿਹੜੀ ਹੈ ਉਹ ਮਹਾਰਾਜ ਦਾ ਹੁਕਮ ਹੈ। ਇੱਕ ਗੱਲ ਨਾਲ ਹੋਰ ਮੈਂ ਕਹਿ ਦਿੰਦਾ, ਜਦੋਂ ਵੀ ਕਦੀ ਅਖੰਡ ਪਾਠ ਕਰਾਉਂਦੇ ਹੋ, ਅਖੰਡ ਪਾਠ ਕਰਵਾਉਂਦੇ ਵਕਤ ਬਾਕੀ ਸਾਰੇ ਸਿਲਸਿਲੇ ਦੀ ਤਿਆਰੀ ਕੀਤੀ ਜਾਂਦੀ ਆ, ਆਹ ਆਪਾਂ ਸਬਜ਼ੀਆਂ ਬਣਾਉਣੀਆਂ, ਇਹਨਾਂ ਇਹਨਾਂ ਨੂੰ ਸੱਦਣਾ ਆ, ਇੱਦਾਂ ਇੱਦਾਂ ਸਾਰਾ ਕੁਛ ਕਰਨਾ, ਜੋ ਸਾਰਾ ਪ੍ਰਬੰਧ ਕਰ ਲਿਆ ਜਾਂਦਾ, ਪਰ ਕਦੀ ਵੀ ਕੋਈ ਵੀ ਪਰਿਵਾਰ ਬਹਿ ਕੇ ਇਹ ਵਿਉਂਤਬੰਦੀ ਨਹੀਂ ਕਰਦਾ ਵੀ ਆਪਾਂ ਸਾਰੇ ਜੀਆਂ ਨੇ ਆਇਆਂਗਿਆਂ ਨੂੰ ਵੀ ਸੰਭਾਲਣਾ ਹੈ, ਉਹਨਾਂ ਨੂੰ ਵੀ ਚਾਹ ਪਾਣੀ ਪਿਆਉਣਾ, ਅਤੇ ਬਈ ਆਪਾਂ ਇਹ ਵੀ ਵੰਡ ਰੱਖਣੀ ਆ ਵੀ ਵੱਧ ਤੋਂ ਵੱਧ ਆਪਣੇ ਪਰਿਵਾਰ ਦੇ ਜੀ ਬਹਿ ਕੇ ਗੁਰਬਾਣੀ ਨੂੰ ਸੁਣਨ ਵੀ। ਆਪਾਂ ਜਿਹੜੇ ਭਾਈ ਘਰ ਆਉਣਗੇ ਉਹਨਾਂ ਨੂੰ ਪੁੱਛਣਾ ਵੀ ਹੈ ਵੀ ਆਹ ਜਿਹੜਾ ਸ਼ਬਦ ਪੜ੍ਹਦੇ ਸੀ ਸਾਨੂੰ ਸਮਝ, ਕੋਈ ਸਵਾਲ ਨਹੀਂ ਕਰਦਾ, ਕੋਈ ਧਿਆਨ ਨਹੀਂ ਦਿੰਦਾ। ਔਰ ਅਸੀਂ ਕੇਵਲ ਅਤੇ ਕੇਵਲ ਜਾਂ ਤਾਂ ਜੋਤ ਵਿੱਚ ਘਿਓ ਪਾਈ ਜਾਂਦੇ ਹਾਂ, ਇਹ ਨਾ ਬੁੱਝ ਜਾਏ ਉਹ ਬਾਪੂ ਜਿਹੜਾ ਲਾਗੇ ਬਿਠਾਇਆ ਉਹਨੂੰ ਸ਼ਾਇਦ ਉਮਰ ਦੇ ਹਿਸਾਬ ਨਾਲ ਕਦੀ ਸੁਣਦਾ ਵੀ ਘੱਟ ਹੋਵੇ, ਹੋ ਸਕਦਾ ਉਹਨੂੰ ਦੀਦਾ ਵੀ ਘੱਟ ਹੋਵੇ, ਹੋ ਸਕਦਾ ਉਹਨੂੰ ਸਮਝ ਵੀ ਘੱਟ ਲੱਗਦਾ, ਉਹ ਕੋਲ ਬਿਠਾਇਆ ਉਹ ਜਿਹੜਾ ਮੱਥਾ ਟੇਕਣ ਆਉਂਦਾ ਉਹਨੂੰ ਕੜਾਹ ਪ੍ਰਸ਼ਾਦ ਦਿੰਦਾ, ਕੜਾਹ ਪ੍ਰਸ਼ਾਦ ਦੇ ਕੇ ਆਵਾਜ਼ਾਂ ਮਾਰੀ ਜਾਂਦਾ, ਜਾਂ ਉਹਨੂੰ ਕਹਿ ਦਿੰਦਾ ਜਾਓ ਭਾਈ ਚਾਹ ਪਾਣੀ ਪੀਓ, ਭਈ ਰੋਜ਼ ਚਾਹ ਪਾਣੀ ਪੀਂਦੇ, ਪਾਠ ਸੁਣਨਾ ਇਹ ਸੁਣ ਲੈਂਦੇ, ਜੇ ਉਹ ਕਹਿੰਦੇ ਵੀ ਕੋਈ ਨਹੀਂ ਪੀਂਦੇ ਹਾਂ ਜੀ, ਉਹ ਬਾਹਰੋਂ ਆਵਾਜ਼ਾਂ ਮਾਰੀ ਜਾਂਦਾ, ਉਹ ਸੁੱਖਿਆ ਇਹਨੂੰ ਲੈ ਜਾਓ ਭਾਈ ਚਾਹ ਪਾਣੀ ਪਿਆਓ, ਭਈ ਲੈ ਜਾਣਗੇ ਚਾਹ ਪਾਣੀ ਪੀ ਕੇ ਹੀ ਜਾਏਗਾ, ਜਿਹੜਾ ਆਇਆ ਉਹਨੂੰ ਸੁਣ ਲੈਣ ਦਿਉ। ਉਹ ਬਾਪੂ ਵਿਚਾਰਾ ਕੁਛ ਨਹੀਂ, ਉਹਨੂੰ ਆਪ ਨਹੀਂ ਸਮਝ ਲੱਗਦੀ, ਉਹ ਧੂਫਾਂ ਗੱਡੀ ਜਾਂਦਾ ਦੋ ਦੋ, ਕਈ ਵਾਰੀ ਪਾਠੀ ਉਹਨਾਂ ਨੂੰ ਇਸ਼ਾਰੇ ਕਰਦੇ ਵੀ ਘੱਟ ਲਾਓ ਇੱਕ ਲਾਓ, ਸਾਡੇ ਸੰਘ ਨੂੰ ਚੜ੍ਹ ਗਈਆਂ, ਕਿਉਂ ਸਾਡੇ ਨਾਸੀ ਧੂ ਕੀਤਾ ਪਿਆ, ਪਰ ਨਹੀਂ ਸੁਣਦੇ। ਉਹਨਾਂ ਨੇ ਤਿੰਨ ਚਾਰ ਇਕੱਠੀਆਂ ਲਾ ਕੇ ਬਾਲ ਕੇ ਰੱਖ ਦੇਣੀਆਂ, ਮੱਖੀਆਂ ਚੱਲੀ ਜਾਂਦਾ, ਪ੍ਰਸ਼ਾਦ ਦੇਈ ਜਾਂਦਾ, ਉਹ ਫਿਰ ਕਦੀ ਕਦੀ ਪਾਠੀ ਵੱਲ ਵਹਿੰਦਾ ਆਇਆ ਕਰਕੇ, ਅਤੇ ਬਾਹਰ ਜਾ ਕੇ ਉਹਨਾਂ ਨੂੰ ਪੁੱਤਾਂ ਪੋਤਰਿਆਂ ਨੂੰ ਕਹਿੰਦਾ ਵੀ ਇਹ ਵਾਸੀਆਂ ਲੈਂਦਾ, ਇਹ ਸੌਂਦਾ ਹੀ ਉੱਥੇ, ਜਦੋਂ ਤੂੰ ਸੁਣਨਾ ਨਹੀਂ ਸਮਝਣਾ ਨਹੀਂ ਤਾਂ ਕਿਸੇ ਨੂੰ ਸੁਣਨ ਦੇਣਾ ਨਾ ਬਹਿਣ ਦੇਣਾ, ਤੈਨੂੰ ਕੋਈ ਸੌਵੇ ਕੋਈ ਨਾ ਸੌਵੇ, ਤੈਨੂੰ ਕੀ ਲੱਗੇ ਵਾਸੀਆਂ ਲਵੇ ਕੋਈ ਨਾ ਲਵੇ, ਇੱਦਾਂ ਦੀ ਸਾਡੀ ਹਾਲਤ ਬਣੀ ਹੈ। ਫਿਰ ਰਾਤ ਨੂੰ ਜਦੋਂ ਪਰਿਵਾਰ ਕਿਤੇ ਵਿਹਲਾ ਹੋ ਕੇ ਇਕੱਠੇ ਹੋ ਕੇ ਆਉਣਗੇ ਨਾ, ਹੁਣ ਤਾਂ ਚਲੋ ਗਰਮੀਆਂ ਪੱਖੇ ਲੱਗ ਜਾਂਦੇ ਆ, ਸਿਆਲ 'ਚ ਕੰਬਲ ਸੁੱਟ ਲੈਂਦੇ ਆ, ਉਹ ਬਹਿੰਦੇ ਆ ਸਾਰੀ ਥੋੜ੍ਹੀ ਕੁ ਦੇਰ, ਉਹਨਾਂ ਨੇ ਐਂ ਅੱਖਾਂ ਜਿਹੀਆਂ ਮੀਟ ਕੇ ਬਹਿਣਾ ਵੀ ਬੜਾ ਪਾਠ ਸੁਣ ਰਹੇ ਆ, ਬਸ 5 ਕੁ ਮਿੰਟਾਂ ਦੇ ਬਾਅਦ ਘਰਾੜੇ ਵੱਜਦੇ, ਕੋਈ ਐਂ ਨੂੰ ਟੇਢਾ, ਕੋਈ ਐਂ ਨੂੰ ਟੇਢਾ, ਜਿਹਦੀ 'ਤੇ ਕੋਈ ਮਾੜੀ ਜਿਹੀ ਹਿੰਮਤ ਪਈ ਉੱਠ ਕੇ ਚਲੇ ਗਿਆ, ਬਾਕੀ ਉੱਥੇ ਟੇਢੇ ਹੋ ਗਏ, ਲਓ ਜੀ ਪਾਠ ਚੱਲ ਰਿਹਾ। ਇਹ ਅਸਲੀਅਤ ਵਿੱਚ ਪਾਠ ਸੁਣਨ ਦੀ ਸਾਡੀ ਮਰਿਆਦਾ ਨਹੀਂ ਹੈ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਘਰ ਲਿਆ ਕੇ ਜੇ ਮੰਨ ਲਓ ਸੌਣਾ ਹੀ ਆ ਤੇ ਸਹਿਜ ਪਾਠ ਰੱਖ ਲਓ, ਸਹਿਜ ਪਾਠ ਰੱਖੋ, ਜਿੰਨਾ ਟਾਈਮ ਉਹਨਾਂ ਪਾਠ ਕਰੋ, ਬਾਕੀ ਮਹਾਰਾਜ ਦੀ ਸੇਵਾ ਕਰਕੇ ਤੇ ਤੁਸੀਂ ਆਪ ਵੀ ਸੌਂ, ਪਾਠੀ ਸਿੰਘ ਵੀ ਸੌਵੇ, ਸੌਖਾ ਕੰਮ ਹੈ। ਤੁਸੀਂ ਸਹਿਜ ਪਾਠ ਰੱਖ ਲਓ, ਕੋਈ ਦਿੱਕਤ ਨਹੀਂ, ਮਹੀਨੇ ਬਾਅਦ ਭੋਗ ਪਾ ਲਓ, ਪਰ ਰੱਖਣਾ ਵੀ ਅਖੰਡ ਪਾਠ, ਸੁਣਨਾ ਵੀ ਨਹੀਂ, ਤੇ ਲੋਕਾਂ ਨੂੰ ਅਸੀਂ ਕਹਿਣਾ ਵੀ ਅਸੀਂ ਕਰਾਇਆ ਆ, ਅਸੀਂ ਕੀਤਾ ਆ। ਸਾਨੂੰ ਸਿੱਖ ਰਹਿਤ ਮਰਿਆਦਾ ਤੋਂ ਜ਼ਰੂਰ ਅਗਵਾਈ ਲੈਣੀ ਚਾਹੀਦੀ ਹੈ ਔਰ ਨਾਲ ਧਿਆਨ ਰੱਖਣਾ ਚਾਹੀਦਾ, ਜਦੋਂ ਵੀ ਪਾਠ ਹੁੰਦਾ ਹੈ ਅਸੀਂ ਬਹਿ ਕੇ ਸੁਣੀਏ, ਵੱਧ ਤੋਂ ਵੱਧ ਸਮਝੀਏ, ਔਰ ਜਦੋਂ ਬਾਣੀ ਪੜ੍ਹਾਂਗੇ ਸੁਣਾਂਗੇ ਸਮਝਾਂਗੇ ਤੇ ਯਕੀਨਨ ਸਾਡੇ ਸਮਾਜ ਵਿੱਚ ਪਏ ਹੋਏ ਅਨੇਕਾਂ ਹੀ ਭਰਮ ਭੁਲੇਖੇ ਜਿਹੜੇ ਆ ਉਹ ਆਪਣੇ ਆਪ ਹੀ ਦੂਰ ਹੋਣਗੇ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਹ ਬਾਤ ਸਾਨੂੰ ਸਮਝ ਵਿੱਚ ਜ਼ਰੂਰ ਆਏਗੀ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਤੇ ਉਹਦੇ ਸੰਬੰਧੀ ਪਰਿਵਾਰ ਵਾਲੇ ਬਿਸਤਰਾ ਜੋੜਾ ਜਾਂ ਭਾਂਡੇ ਆਦਿਕ ਉਹ ਗੁਰਦੁਆਰਾ ਸਾਹਿਬ ਲਿਆ ਕੇ ਤੇ ਭੇਟਾ ਕਰਦੇ ਹਨ, ਔਰ ਸਾਲ ਬਾਅਦ ਬਰਸੀਆਂ ਜਾਂ ਵਰੀਣਾ, ਕੀ ਇਹ ਸਾਡੇ ਲਈ ਜ਼ਰੂਰੀ ਹੈ ਜੀ? ਵਰੀਣਾ
ਅੱਛਾ ਅੱਛਾ ਠੀਕ ਹੈ। ਗੁਰੂ ਪਿਆਰੇ ਦੇ ਸਵਾਲ ਤਾਂ ਉਹ ਹੀ ਆ, ਪਰ ਸੁਣਨ ਵਾਲੇ ਬਾਹਰ ਦੇ ਮੁਲਕਾਂ ਵਾਲੇ ਜਿਹੜੇ ਲਾਈਵ ਸੁਣਦੇ ਆ ਅਤੇ ਉਹ ਇਹ ਕਹਿੰਦੇ ਆ ਕਿ ਤੁਸੀਂ ਉਹ ਹੀ ਸਵਾਲ ਉਹ ਹੀ ਜਵਾਬ, ਪਰ ਸੰਗਤ ਨਵੀਂ ਹੁੰਦੀ ਹੈ। ਇਸ ਵਾਸਤੇ ਪ੍ਰਚਾਰ ਦਾ ਅਰਥ ਤਾਂ ਹੀ ਆ ਨਾ ਵੀ ਪ੍ਰਚਾਰ ਦਾ ਅਰਥ ਇਹ ਹੀ ਆ ਵੀ ਜਿੱਥੇ ਵੀ ਸੰਗਤ ਹੈ ਉਹਨੂੰ ਜਾਣਕਾਰੀ ਦਿੱਤੀ ਜਾਵੇ। ਦਰਅਸਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਾਂ ਨਮਸਕਾਰ ਕਰਦੇ ਹਾਂ ਨਾ, ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਜ਼ਰੂਰ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ। ਅਸੀਂ ਗਰੜ ਪੁਰਾਣ ਨੂੰ ਜ਼ਿਆਦਾ ਮੰਨਦੇ ਹਾਂ। ਸਭ ਤੋਂ ਪਹਿਲੀ ਗੱਲ ਤਾਂ ਵੀ ਦੇਖੋ, ਆਪਣੇ ਘਰਾਂ ਦੇ ਵਿੱਚ ਕੋਈ ਬਜ਼ੁਰਗ ਚੜ੍ਹਾਈ ਕਰ ਜਾਂਦਾ ਨਾ, ਅਤੇ 60 ਕਿੱਲੇ ਜ਼ਮੀਨ ਵੀ ਦੇ ਕੇ ਗਿਆ ਹੁੰਦਾ, ਅਤੇ ਵਕਤ ਪਿਆ ਹੁੰਦਾ ਵੀ ਇਹ ਕਿ ਜਿਉਂਦਾ ਨਾ ਹੋ ਜਾਵੇ ਹੁਣ ਕਿਤੇ, ਜੇ ਜਿਉਂਦਾ ਹੋ ਗਿਆ ਤਾਂ ਸਾਰੇ ਡੱਬੇ ਨੂੰ ਵਕਤ ਬਣਾਉਣਾ ਇਹਨੇ, ਠੀਕ ਹੈ ਨਾ। ਫਿਰ ਆਪਾਂ ਉਹਦਾ ਉਹ ਰਿਪੋਰਟ ਕਰਦੇ ਹਾਂ ਕਾਹਦੇ ਵਾਸਤੇ, ਜਿਹੜੀ ਆਤਮਾ ਹੈ ਉਹ ਰਾਹ ਸਿਰ ਪੈ ਜਾਵੇ ਕਿਤੇ ਵਾਪਸ ਨਾ ਮੁੜ ਆਵੇ ਕਿਤੇ। ਫਿਰ ਕੀ ਕਰਦੇ ਹਾਂ ਆਪਾਂ ਵੀ ਉਹਦੀ ਡੈਡ ਬਾਡੀ ਲੈ ਕੇ ਜਾਂਦੇ ਹੁੰਦੇ ਹਾਂ। ਗੁਰੂ ਕਹਿੰਦੇ ਬਹਿ ਜਾਓ 2 ਮਿੰਟ, ਜੇ ਤੁਸੀਂ ਜਾਣਾ ਫਿਰ ਆਪਾਂ ਵੀ ਚਲੇ ਜਾਂਦੇ ਹਾਂ, ਤੁਹਾਨੂੰ ਤਾਂ ਇੱਥੇ ਰਹਿਣਾ, ਦੂਰ ਜਾਣਾ ਥੋੜ੍ਹਾ ਜਿਹਾ। ਇੱਦਾਂ ਨਾ ਕਰੋ, ਜਿਵੇਂ ਭਾਈ ਸਾਹਿਬ ਜੀ ਨੇ ਬੜਾ ਦੱਸਿਆ ਕਿ ਮਾਲਵੇ ਦੇ ਵਿੱਚ ਬੜੀਆਂ ਚੰਗੀਆਂ ਕਿਰਤਾਂ ਪਈਆਂ, ਵੀ ਆਪਣੇ ਇਲਾਕੇ ਜਿਹੜੀ ਚੰਗੀਆਂ ਕਿਰਤਾਂ ਨਹੀਂ ਪਈਆਂ, ਆਪਾਂ ਸਰੋਤਾ ਜਾਂ ਨਹੀਂ ਬਣ ਸਕੀ। ਅਤੇ ਖਿਆਲ ਕਰਿਓ ਇੱਥੇ ਗਾਉਣ ਵਾਲਾ ਆਇਆ ਹੋਇਆ ਹੋਵੇ ਨਾ, ਵੀ ਧੀਆਂ ਦਾ 1 ਲੱਖ ਮਿਲੇ ਉਹ, ਅਤੇ ਭਾਰ ਤੋਲੇ ਆਪਾਂ ਪੌਣੇ 2-2 ਲੱਖ ਰੁਪਈਆ ਉੱਤੋਂ ਦੀ ਵਾਰ ਕੇ ਸੁੱਟ ਜਾਂਦੇ ਹਾਂ ਉੱਤੋਂ ਦੀ। ਇੱਥੇ ਗੁਰੂ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਆਪਾਂ ਫਿਰ ਵੀ ਸੁਣਨ ਵਾਸਤੇ ਤਿਆਰ ਨਹੀਂ? ਬੋਲੋ ਭਾਈ, ਫਿਰ ਵੀ ਸੁਣਨ ਲਈ ਤਿਆਰ ਨਹੀਂ ਹਾਂ। ਖੈਰ, ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਅਤੇ ਫਿਰ ਆਪਾਂ ਉਹਨੂੰ ਗਾਂ ਸਵਰਗ ਵਿੱਚ, ਸਵਰਗ ਕਿੱਥੇ ਮੰਨਿਆ, ਧਰਤੀ ਦੇ ਸੂਰ ਦੇ ਵਿੱਚ ਕਾਢਲਾ ਹਿੱਸਾ, ਇਹਨੂੰ ਆਪਾਂ ਇੱਕ ਸਵਰਗ ਦਾ ਥਾਂ ਮੰਨ ਲਿਆ, ਇਹਨੂੰ ਆਪਾਂ ਉੱਥੇ ਭੇਜੀਏ, ਇਹ ਸੂਹੀ ਰਵੇ ਇਹ। ਫਿਰ ਆਪਾਂ ਜਦੋਂ ਮੁਰਦਾ ਸ਼ਮਸ਼ਾਨ ਘਾਟ ਵੱਲ ਲੈ ਕੇ ਜਾਂਦੇ ਹਾਂ, ਅਸਲ ਵਿੱਚ ਪਹਿਲਾਂ ਕਾਨਾ ਕੋਲ ਰੱਖਦੇ, ਕਾਨੇ ਦਾ ਅਰਥ ਇਹ ਵੀ ਕਵਰ ਕਿੰਨੀ ਕੁ ਆਪਾਂ ਇਹਦੀ ਮਿਲ ਲਈਏ, ਵੀ ਕਿੰਨੀ ਜਿਹੜੀ ਕਵਰ ਹੈ ਉਹਦੇ ਮੁਤਾਬਕ ਆਪਾਂ ਫੋਟੋ ਲਈਏ, ਉਦੋਂ ਕਾਨਾ ਮਿਲ ਕੇ ਉੱਥੇ ਲਿਆ ਕੇ ਰੱਖ ਲੈਣਾ, ਅਤੇ ਕਿਹਾ ਜਾਂਦਾ ਵੀ ਇਹਦਾ ਸਰੀਰ ਵੱਡਾ ਨਾ ਕਿਤੇ ਹੋ ਜਾਵੇ, ਐਵੇਂ ਮਨ ਘੱਟ ਕਹਾਣੀ ਆ। ਇਹ ਸ਼ਮਸ਼ਾਨ ਘਾਟ ਵੱਲ ਲੈ ਕੇ ਜਾਣਾ, ਕਹਿੰਦਾ ਪੈਰ ਇਹਦੇ ਕਰ ਦਿਓ ਮੜੀਆਂ ਵੱਲ ਨੂੰ, ਸਿਰ ਕਰ ਦਿਓ ਪਿੰਡ ਵੱਲ ਨੂੰ, ਕਾਹਦੇ ਵਾਸਤੇ ਕਿਤੇ ਵਾਪਸ ਘਰ ਨਾ ਮੁੜਾਵੇ ਕਿਤੇ। ਫਿਰ ਕਹੇ, ਫਿਰ ਆਪਾਂ ਕੀ ਕਰਦੇ, ਕਹਿੰਦੇ ਕੁੱਜਾ ਪਾਣੀ ਦਾ ਭਰ ਕੇ ਲੈ ਗਏ, ਅੱਜ ਇੰਨੇ ਸਿਆਣੇ ਬਹਿਣੇ ਆਪਾਂ ਬੈਠੇ ਹਾਂ ਨਾ, ਆਪਾਂ ਵੀ ਇਹ ਕੰਮ ਕੀਤਾ ਹੈ ਅਤੇ ਇਹ ਕਰਨ ਵਾਸਤੇ ਉਤਸ਼ਾਹ ਵੀ ਦਿੰਦੇ ਹਾਂ ਆਪਾਂ, ਵੀ ਕੁੱਜਾ ਪਾਣੀ ਦਾ ਭਰ ਕੇ ਲੈ ਜਾਓ, ਖੜ ਰਹੇ ਨਾ ਆਪਾਂ। ਇਹ ਗਰੜ ਪੁਰਾਣ 'ਚ ਲਿਖਿਆ, ਗੁਰਬਾਣੀ 'ਚ ਨਹੀਂ ਲਿਖਿਆ। ਅਤੇ ਉਹ ਕੁੱਜਾ ਪਾਣੀ ਦਾ ਭਰ ਕੇ ਕਹਿੰਦੇ ਵੀ ਲੈ ਵੀ ਇਹ ਸਿਰ ਵਾਲੇ ਪਾਸੇ ਧਾਰ ਬੰਨ ਕੇ ਉੱਥੇ ਲਿਆ ਕੇ ਮੁੜ ਕੇ ਟਿਕਾਉਣਾ, ਕਿਤੇ ਧਾਰ ਟੁੱਟਣਾ ਨਹੀਂ, ਚੰਗੇ ਭਲੇ ਅੰਮ੍ਰਿਤਧਾਰੀ ਬੰਦੇ ਗਏ ਨੇ, ਉਹ ਧਾਰ ਟੁੱਟਣਾ ਨਹੀਂ ਕਿਤੇ, ਨਿਕਾਲ ਨਾ ਟੁੱਟ ਜੇ ਕਿਤੇ ਇਹਦਾ, ਠੀਕ ਹੈ। ਠੀਕ ਹੈ ਨਾ, ਜੋਰ ਜਿਹੜੇ ਮਗਲੇ ਪਾਸੇ ਲਿਆ ਕੇ ਕੁੱਜਾ ਫਟ ਕੇ ਮਾਰ, ਕਹਿੰਦੇ ਫਿਰ ਕੀ ਹੋ, ਕਹਿੰਦੇ ਫਿਰ ਨਾਲ ਹੀ ਧਾ ਮਾਰੀ ਜਿਹੜੀ ਆਤਮਾ ਉਹ ਲਾਈਨ 'ਤੇ ਪੈ ਜੂ ਤਾਂ ਉੱਪਰ ਚਲੀ ਜੂ ਮੁੜ ਕੇ। ਉਹ ਕਹਿੰਦਾ ਜੇ ਫਿਰ ਵੀ ਲੈਣ ਦਿੱਤੇ ਨਾ, ਫਿਰ ਕਹਿੰਦਾ ਵੀ ਨਵਾਂ ਕੁ ਮਹੀਨਿਆਂ ਬਾਅਦ, 11 ਮਹੀਨਿਆਂ ਬਾਅਦ ਫਿਰ ਸਾਰਾ ਟੱਬਰ ਫਿਰ ਇਕੱਠਾ ਕਰੇ, ਫਿਰ ਰੋਈਏ ਇੱਕ ਵਾਰੀ, ਵਰੀਨਾ ਕੀ ਹੈ ਵਰੇ ਬਾਅਦ ਫਿਰ ਰੋਣਾ ਇੱਕ ਵਾਰੀ, ਫਿਰ ਕਾਹਦੇ ਵਾਸਤੇ ਰੋਣਾ, ਫਿਰ ਇਸ ਵਾਸਤੇ ਰੋਣਾ ਆ ਵੀ ਪਾਠ ਰੱਖਣਾ ਵੀ ਸਾਡੇ ਕੋਲ ਸੱਚੇ ਪਾਤਸ਼ਾਹ ਬਜ਼ੁਰਗ ਚੜ੍ਹਾਈ ਕਰ ਗਏ ਸੀ, ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਈਏ, ਸਾਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੀ। ਇਹਦਾ ਅਰਥ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ 'ਤੇ ਯਕੀਨ ਨਹੀਂ ਕੋਈ, ਕਿਉਂਕਿ ਅਰਦਾਸ ਕਰ ਲਈ ਨਾ ਆਪਾਂ, ਜੇ ਅਰਦਾਸ ਹੋ ਗਈ ਫਿਰ ਕੰਮ ਨਿਬੜ ਗਿਆ। ਫਿਰ ਇੱਕ ਜੇ ਪਹਿਲੀ ਅਰਦਾਸ ਹੋ ਗਈ ਫਿਰ ਗਾਂ ਕੋਈ ਵਰੀਣਾ ਨਹੀਂ, ਕੋਈ ਬਰਸੀ ਨਹੀਂ ਹੈ, ਇਹ ਗੁਰੂ ਪਿਆਰੇ ਜੋ ਬ੍ਰਾਹਮਣ ਨੇ ਕਿਹਾ ਸੀ ਉਹ ਆਪਾਂ ਆਪਣੇ ਘਰ ਦੇ ਵਿੱਚ ਲੈਣ ਦਾ। ਹੋਰ ਤਾਂ ਹੋਰ ਆਪਾਂ ਨਾ ਕੋਈ ਪਿੰਡਾਂ ਵਿੱਚ ਬੰਦਾ ਚੜ੍ਹਾਈ ਕਰ ਲਈਏ, ਕੋਈ ਬੰਦਾ ਬਾਹਰ ਦੇ ਮੁਲਕ ਵਿੱਚ ਗਿਆ ਹੋਵੇ ਜਾਂ ਚਾਰ ਸਿਆੜ ਸੌਖੇ ਹੋਣ, ਜ਼ਮੀਨ ਚਾਰ ਸੌਖੀ ਸੌਖਾ ਬੰਦਾ ਸੌਖਾ ਹੋਵੇ, ਉਹ ਫਿਰ ਯਾਦ ਦੇ ਵਿੱਚ ਨਾ ਕੋਈ ਪੱਖਾ ਲਵਾ ਦਿੰਦਾ ਆ,
ਜਾਂ ਯਾਦ ਵਿੱਚ ਵਾਟਰ ਕੂਲਰ ਦੇ ਦਿੰਦਾ ਵੀ ਚਲੋ ਪਾਣੀ ਲੈਣੇ ਪੀਂਦੇ ਰਹਿਣਗੇ। ਇੱਦਾਂ ਕੋਈ ਪਿੰਡ ਦੇ ਵਿੱਚ ਕੋਈ ਚੰਗਾ ਸੌਖਾ ਪਰਿਵਾਰ ਸੀ, ਬਜ਼ੁਰਗ ਚੜ੍ਹਾਈ ਕਰ ਗਿਆ, ਉਹਨਾਂ ਨੇ ਵਾਟਰ ਕੂਲਰ ਚੜ੍ਹਾ ਤਾ, ਪਾਣੀ ਠੰਡੇ ਕਰਨ ਵਾਲੀ ਮਸ਼ੀਨ ਚੜ੍ਹਾ ਤੀ, ਉਹ 'ਤੇ ਲਿਖ ਕੇ ਲਾ ਤਾ ਜੈਲਦਾਰਾਂ ਦੇ ਬਜ਼ੁਰਗਾਂ ਦੀ ਯਾਦ ਵਿੱਚ। ਨਿਆਣੇ ਦੀ ਛੁੱਟੀ ਪਾਣੀ ਵੀ ਨਾਲੇ ਤਾੜੀ ਮਾਰ, ਉਹ ਚੰਗਾ ਹੋ ਗਿਆ ਜੈਲਦਾਰਾਂ ਬੁੜਾ ਮਰ ਗਿਆ, ਪਾਣੀ ਠੰਡਾ ਪੀਣ ਡੇ ਆਪਾਂ। ਕਈਆਂ ਪੱਖੇ 'ਤੇ ਲਿਖਿਆ ਹੁੰਦਾ ਜੀ ਇਹ ਯਾਦ ਕਰਾਈ ਹੋਈ, ਠੀਕ ਆ। ਅਤੇ ਕਈ ਵਾਰੀ ਮ੍ਰਿਤਕ ਦੇ ਪ੍ਰਬੰਧ 'ਤੇ ਕੋਈ ਜੋੜੇ ਦੇਈ ਜਾ ਰਿਹਾ, ਕੋਈ ਕੱਪੜੇ ਦੇਈ ਜਾ ਰਿਹਾ, ਹੁਣ ਗੁਰੂ ਘਰ ਵਾਲਿਓ ਖਿਆਲ ਕਰਿਓ, ਇਹ ਮਨਮਤ ਹੈ ਕਿ ਨਾ ਉੱਪਰ, ਹੁਣ ਦੱਸੋ ਵੀ ਕੱਪੜੇ ਮੈਂ ਪਾ ਲਵਾਂ ਅਤੇ ਉੱਪਰੋਂ ਕਿੱਦਾਂ ਮਿਲਣਗੇ। ਹੁਣ ਇਹ ਹੋਰ ਮਾਫ ਕਰਿਓ ਵੀ ਪਿੰਡਾਂ ਵਿੱਚ ਆਮ ਕਰਕੇ ਬ੍ਰਾਹਮਣ ਨੇ ਜਗ੍ਹਾ ਲਈ ਹੁੰਦੀ ਵੀ ਤੁਸੀਂ ਉਹਨੂੰ ਰੋਟੀ ਖਵਾਓ ਅਤੇ ਇਹ ਰੋਟੀ ਆ ਵੀ ਉਹ ਬੰਦੇ ਨੂੰ ਪਹੁੰਚ ਜਾਏਗੀ। ਹੁਣ ਖਿਆਲ ਕਰਿਓ ਬੰਦਾ ਰੋਟੀ ਖਾ ਲਈ, ਦੰਦਾਂ ਨਾਲ ਝਿੜ ਦਿੱਤੀ, ਉਹ ਪੇਟ ਵਿੱਚ ਚਲੀ ਗਈ, ਉਹ ਰਿਹਾ ਕੀ ਭਲਾ ਮੁੜ ਕੇ? ਜੇ ਬਜ਼ੁਰਗ ਨੂੰ ਪਹੁੰਚ ਜਾਵੇ ਇਹ ਕਹਾਣੀ ਕੋਈ ਬਣਦੀ ਹੈ ਕੋਈ? ਇਹ ਇੱਦਾਂ ਦੀਆਂ ਕਥਾ ਕਹਾਣੀਆਂ ਜਿਹੜੀਆਂ ਨੇ ਮਨ ਘੱਟ ਸਾਡਿਆਂ ਘਰਾਂ ਵਿੱਚ ਇਹ ਆ ਗਈਆਂ ਨੇ, ਇਹ ਬਿਲਕੁਲ ਮਨ ਘੱਟ ਕਹਾਣੀਆਂ ਨੇ। ਕਿਸੇ ਦੇ ਘਰ ਵਿੱਚ ਬਜ਼ੁਰਗ ਚੜ੍ਹਾਈ ਕਰ ਗਿਆ, ਉਹਨਾਂ ਨੇ ਪੰਜ ਬੰਦੇ ਸਾਰ ਲਏ ਪ੍ਰਸ਼ਾਦਾ ਛਕਾਉਣ ਵਾਸਤੇ, ਕਾਹਦੇ ਵਾਸਤੇ? ਬਜ਼ੁਰਗਾਂ ਦੇ ਨਿਮਿੱਤ ਆਪਾਂ ਪ੍ਰਸ਼ਾਦਾ ਛਕਾਉਣਾ ਆ। ਇੱਦਾਂ ਦੀਆਂ ਕਥਾ ਵੀ, ਫਿਰ ਉਹ ਕਹਿਣ ਲੱਗੇ ਵੀ ਜੇ ਪ੍ਰਸ਼ਾਦਾ ਛਕਣ ਵਾਸਤੇ ਆ ਗਏ, ਉਹਨਾਂ ਨੇ ਦੱਸਿਆ ਵੀ ਇੰਨੀ ਕੁ ਆਹ ਸਮਾਨ ਸਮਾਨ ਚਾਹੀਦਾ ਆ, ਆਹ ਕੱਪੜੇ ਚਾਹੀਦੇ ਆ, ਇੰਨਾ ਸਮਾਨ ਚਾਹੀਦਾ। ਕਹਿੰਦੇ ਅੱਛਾ, ਕਹਿੰਦੇ ਫਿਰ? ਕਹਿੰਦੇ ਉੱਪਰ ਪਹੁੰਚ ਜਾਏਗਾ ਤੁਹਾਡੇ ਬਜ਼ੁਰਗਾਂ ਕੋਲ, ਅਤੇ ਆਪਾਂ ਨੇ ਮੰਜੀ ਵੀ ਦਿੰਦੇ ਹਾਂ, ਉਹਦੀ ਉਣੀ ਹੁੰਦੀ ਹੈ ਅਤੇ ਉਹਦੀ ਪੈਂਦ ਪਾਈ ਹੁੰਦੀ ਆ, ਅਤੇ ਰਜਾਈ ਵੀ ਪੂਰੀ ਨਿਗੰਦੀ ਨਹੀਂ ਹੁੰਦੀ। ਅਤੇ ਜੇ ਬਜ਼ੁਰਗ ਨੂੰ ਰਜਾਈ ਪਹੁੰਚ ਗਈ, ਉਹ ਮੰਜੀ ਪਹੁੰਚ ਗਈ, ਬਜ਼ੁਰਗ ਆ ਕੇ ਵੀ ਮੈਂ 60 ਕਿੱਲੇ ਦਿਆਂ, ਬੇੜਾ ਤਰ ਗਏ, ਆਹ ਮੰਜੀ ਭੇਜੀ ਹੁੰਦੀ ਉਹਨਾਂ ਨੇ, ਹੈ? ਅਤੇ ਉਹ ਗੁਰੂ ਪਿਆਰੇ ਇੱਦਾਂ ਤੋਂ ਬਜ਼ੁਰਗ ਚੜ੍ਹਾਈ ਕਰ ਗਿਆ ਅਤੇ ਪ੍ਰਸ਼ਾਦਾ ਛਕਾਉਣ ਵਾਸਤੇ 5-7 ਬੰਦੇ ਲਿਆਂਦੇ, ਅਤੇ ਉਹ ਬੰਦਿਆਂ ਨੇ ਤੁਹਾਨੂੰ ਦੱਸਿਆ ਹੁੰਦਾ ਵੀ ਇੰਨੀ ਕੁ ਭੇਡਾਂ ਚਾਹੀਦੀ ਹੈ। ਉਹ ਥਾਲੀ ਵਿੱਚ ਨਾ 5-7 ਸ਼ੀਸ਼ੀਆਂ ਦਵਾਈ ਦੀਆਂ ਰੱਖੀਆਂ ਨੇ, ਜਿਹੜੀ ਮੱਝ ਨੂੰ ਟੀਕਾ ਲਵਾਉਣੀ ਸਿਲੰਜ ਹੁੰਦੀ ਇੱਕ ਉਹ ਰੱਖੀ। ਕਹਿੰਦੇ ਇਹ ਕਾਹਦੇ ਵਾਸਤੇ? ਕਹਿੰਦੇ ਸਾਡੇ ਵੀ ਉਹਨੂੰ ਸ਼ੂਗਰ ਬੜੀ ਹੁੰਦੀ ਸੀ, ਉਹ ਰੋਟੀ ਖਾਣ ਤੋਂ ਪਹਿਲਾਂ ਟੀਕਾ ਲਾਉਣਾ ਹੁੰਦਾ ਸੀ, ਆਹ ਤੁਹਾਨੂੰ ਪਹਿਲਾਂ ਟੀਕਾ ਲਾ ਲਈ ਬਾਅਦ ਪ੍ਰਸ਼ਾਦਾ ਛਕਾ ਦਿਆਂਗੇ, ਹੈਂ? ਇਸ ਵਾਸਤੇ ਗੁਰੂ ਪਿਆਰੇ ਬਹੁਤ ਸਾਰੀਆਂ ਮਨ ਘੱਟ ਕਹਾਣੀਆਂ ਨੇ। ਪੰਜ ਪੁਰਾਣ ਤਾਂ ਰਹਿਤ ਮਰਿਆਦਾ, ਉਹਨੂੰ ਪੜ੍ਹ ਕੇ ਦੇਖਿਆ ਜੀ, ਜਦੋਂ ਆਪਾਂ ਅਰਦਾਸ ਕਰਦੇ ਸੀ ਪੁਰਾਣੀ ਚੜ੍ਹਾਈ ਗਿਆ, ਉਦੋਂ ਬਾਅਦ ਕੋਈ ਰਸਮ ਨਹੀਂ ਰਹਿ ਜਾਂਦੀ। ਇੱਕ ਹੋਰ ਬਿਮਾਰੀ ਸਾਡੇ ਘਰਾਂ 'ਚ ਬੜੀ ਹੈਗੀ ਆ ਵੀ ਬੰਦਾ ਚੜ੍ਹਾਈ ਕਰ ਗਿਆ, ਉਹਨਾਂ ਦੇ ਫੁੱਲ ਚੁਗਣੇ ਆ, ਉਹ ਗੁਰੂ ਪਿਆਰੇ ਹੱਡੀਆਂ ਨੂੰ ਆਪਾਂ ਫੁੱਲ ਕਹੀ ਜਾਂਦੇ ਹਾਂ, ਫੁੱਲਾਂ ਦੀ ਤੁਹੀਨ ਜਿਹੇ। ਉਹ ਲਿਖਿਆ ਸਾਰਾ ਜਿਹੜੀ ਸਵਾਹ ਆ ਨਾ, ਜਿਹਨੂੰ ਆਪਾਂ ਰਾਹ ਕਹਿ ਦਿੰਦੇ ਹਾਂ, ਸਾਰਾ ਅੰਗੀਠਾ ਕਹਿ ਦਿਓ, ਸਤਿਕਾਰ ਦਾ ਸ਼ਬਦ ਆ, ਉਹਨੂੰ ਇਕੱਠਾ ਕਰਕੇ ਬੁਰਜ ਪਾ ਲਓ, ਫਿਰ ਨੇੜੇ ਵਗਦੀ ਨਹਿਰ ਵਿੱਚ, ਰੋਡ ਦੇ ਜਿੱਥੇ ਵੀ ਹੈ, ਸਪੈਸ਼ਲ ਜਗ੍ਹਾ ਨਹੀਂ ਵੀ ਇੱਥੇ ਰੋਡ ਦੇ ਨਾਲ ਬੰਦਾ ਸਵਰਗ ਵਿੱਚ ਚਲਾ ਜਾਊ, ਇੱਦਾਂ ਦੀ ਕਹਾਣੀ ਨਹੀਂ ਹੈਗੀ। ਕਈ ਤਾਂ ਬਾਹਰ ਦੇ ਮੁਲਕਾਂ 'ਚੋਂ ਲਈ ਆਉਣਗੇ ਬਜ਼ੁਰਗਾਂ ਦੀ ਸਵਾਹ ਇਕੱਠੀ ਕਰਕੇ, ਉੱਥੋਂ ਟਿਕਟ ਮਹਿੰਗੀ ਨਹੀਂ ਲੈਣਗੇ, 1,00,000 ਰੁਪਈਏ ਦੀ ਹੁੰਦੀ ਆ। ਦਿੱਲੀ ਉੱਤਰ ਕੇ ਬੱਸ ਦੀ ਟਿਕਟ ਵੱਖਰੀ ਲੈਣ 'ਚ ਆ, ਕਿਉਂਕਿ 150-200 ਰੁਪਈਏ ਦੀ ਹੁੰਦੀ ਆ, ਮੰਨਣਾ ਪੁੱਛੋ, ਉਦੋਂ ਟਿਕਟ ਵੀ 1.5-2 ਲੱਖ ਦੀ ਲੈ ਗਏ ਉਹ। ਅਤੇ ਕਈ ਵਾਰੀ ਅੰਮ੍ਰਿਤਸਰ ਵੀ ਚੜ੍ਹੋ ਨਾ, ਵੀ ਕੀਰਤਪੁਰ ਜਾਣਾ ਹੋਵੇ ਅਤੇ ਨਾਲ ਉਹ ਬੰਦੇ ਨੇ ਆਪਣੀ ਟਿਕਟ ਲਈ ਆ, ਨਾਲ ਇੱਕ ਹੋਰ ਟਿਕਟ ਬਜ਼ੁਰਗ ਦੀ ਲਈ ਹੁੰਦੀ ਹੈ, ਅਤੇ ਉੱਥੇ ਕਿਸੇ ਨੂੰ ਬਹਿਣ ਨਹੀਂ ਦਿੰਦਾ, ਉਹ ਗੁਸਲੀ ਰੱਖੀ ਹੁੰਦੀ ਹੈ ਸਵਾਹ ਵਾਲੀ, ਅਤੇ ਕੋਈ ਬੰਦਾ ਕਹਿੰਦੇ ਭਾਪਾ ਭਾਈ ਆ ਝੋਲਾ ਭਰੇ ਜਾ, ਤੈਨੂੰ ਪਤਾ ਨਹੀਂ ਮੇਰਾ ਭਾਪਾ ਬੈਠਾ ਇੱਥੇ, ਹੈਂ? ਇਹ ਹੈ ਮਨ ਘੱਟ ਕਹਾਣੀ ਆ। ਇਸ ਵਾਸਤੇ ਜਾਂ ਤਾਂ ਉਹ ਜਿਹੜਾ ਸਾਰਾ ਹੈਗਾ ਨਾ ਉਹ ਮੀਠਾ, ਉਹਨੂੰ ਸੰਭਾਲ ਕੇ, ਜਾਂ ਆਪਣੀ ਜਿਹੜੀ ਪਿੰਡ ਦੀ ਜ਼ਮੀਨ ਆ ਉਹ ਟੋਆ 1.5-2 ਫੁੱਟ ਡੂੰਘਾ ਕੱਢ ਕੇ ਦੱਬ ਦਿਓ, ਉੱਤੇ ਹਲ ਵਹੋ, ਕੋਈ ਸਮੱਸਿਆ ਨਹੀਂ। ਕੋਈ ਗੋਇੰਦਵਾਲ ਜਾਣ ਦੀ ਵੀ ਲੋੜ ਨਹੀਂ ਹੈਗੀ, ਕੀਰਤਪੁਰ ਜਾਣ ਦੀ ਲੋੜ ਵੀ ਹੈਗੀ, ਨੇੜੇ ਜਿਹੜਾ ਵਗਦਾ ਪਾਣੀ ਉਹ ਸੁਵਿਧਾ ਲਓ। ਇਹ ਸਾਨੂੰ ਵਹਿਮ ਪੈ ਗਿਆ ਵੀ ਹਰਿਦੁਆਰ ਜਾਂਦੇ ਸੀ, ਉਹ ਛੱਡ ਦਿੱਤਾ, ਕੀਰਤਪੁਰ ਚਲੇ ਗਏ। ਪੰਥ ਪ੍ਰਵਾਨ ਰਹਿਤ ਮਰਿਆਦਾ ਵਿੱਚ ਲਿਖਿਆ ਵੀ ਹਰਿਦੁਆਰ ਜਾਣਾ, ਕੀਰਤਪੁਰ ਜਾਣਾ ਇਹ ਮਨਮਤ ਹੈ,
ਇਹ ਗੱਲਾਂ ਗੁਰੂ ਪਿਆਰੇ ਹੋ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਰਿਆਦਾ ਛਪਾਈ ਆ ਨਾ, ਉਹ 'ਚ ਸਾਰੀਆਂ ਗੱਲਾਂ ਲਿਖੀਆਂ ਹੋਈਆਂ। ਜੇ ਜ਼ਿਆਦਾ ਸਮਝਣਾ ਤਾਂ ਪਿੱਛੇ ਪੁਸਤਕਾਂ ਸਟਾਲ ਲੱਗਿਆ ਹੋਇਆ, ਜੇ ਸਿੱਖ ਰਾਜ ਕਿਵੇਂ ਗਿਆ, ਕਿਵੇਂ ਬਣਿਆ, ਸਿੱਖ ਨਿਗਲਿਆ ਗਿਆ, ਬੜੀਆਂ ਪਿਆਰੀਆਂ ਪੁਸਤਕਾਂ ਲੈ ਜਾਏ ਕਿ ਦੋ ਦੋ ਲਓ ਜੀ। ਅਗਲਾ ਸਵਾਲ ਪਿਆਰ ਨਾਲ ਸੁਣੋ। ਅਖੀਰਲਾ ਸਵਾਲ ਕਰਕੇ ਤੇ ਸਮਾਪਤੀ ਹੈ ਜੀ। ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਕੱਲ੍ਹ ਦੇ ਦੀਵਾਨ ਜਿਹੜੇ ਹਨ, ਕੱਲ੍ਹ ਦੋ ਦੀਵਾਨ ਹੋਣਗੇ। ਪਹਿਲਾ ਦੀਵਾਨ ਸਵੇਰੇ 9 ਤੋਂ ਲੈ ਕੇ ਤਕਰੀਬ 12 ਕੁ ਵਜੇ ਤੱਕ ਪਿੰਡ ਬਾੜਾ ਜਗੀਰ ਜ਼ਿਲ੍ਹਾ ਜਲੰਧਰ ਵਿਖੇ ਹੋਏਗਾ, ਔਰ ਸ਼ਾਮ ਦਾ ਜਿਹੜਾ ਦੀਵਾਨ 8:30 ਤੋਂ ਲੈ ਕੇ 11:15 ਵਜੇ ਤੱਕ ਪਿੰਡ ਕਾਕੜ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਹੋਏਗਾ। ਜਿਹੜੇ ਮਾਈ ਭਾਈ ਸੁਣਨਾ ਚਾਹੁਣ ਉਹ ਆਪਣੇ ਮੋਬਾਈਲ ਦੇ ਉੱਤੇ ਸਿੱਖੀ ਲਹਿਰ ਰੇਡੀਓ ਡਾਊਨਲੋਡ ਕਰ ਸਕਦੇ ਨੇ ਐਪ ਸਟੋਰ ਵਿੱਚ ਜਾ ਕੇ। ਜਿਵੇਂ ਇਹ ਦੀਵਾਨ ਚੱਲ ਰਿਹਾ, ਇਸੇ ਤਰ੍ਹਾਂ ਲਗਾਤਾਰ ਇਹ ਜਿਹੜਾ ਰੇਡੀਓ 24 ਘੰਟੇ ਚੱਲਦਾ, ਤੁਸੀਂ ਲਾਈਵ ਉਹਦੇ 'ਤੇ ਦੀਵਾਨ ਸਰਵਣ ਕਰ ਸਕਦੇ ਹੋ। ਅਖੀਰ 'ਤੇ ਇੱਕ ਸਵਾਲ ਇੱਥੇ ਵਿਚਾਰ ਕੇ ਸਮਾਪਤੀ ਹੈ, ਕਿਉਂਕਿ ਸੰਗਤ ਦੇ ਵਿੱਚ ਕਾਫੀ ਹਲਜੁਲ ਹੈ, ਦੂਰੋਂ ਨੇੜਿਓਂ ਆਏ ਨੇ ਪਿੰਡਾਂ ਦੇ ਵਿੱਚੋਂ। ਇਹ ਹੈ ਜੀ ਕਿ ਨਾਮ ਜਪਣ ਦਾ ਤਰੀਕਾ ਕਿਹੜਾ ਹੈ ਜੀ, ਕਿਵੇਂ ਨਾਮ ਜਪਿਆ ਜਾਂਦਾ? ਸਤਸੰਗ ਜੀ, ਤਕਰੀਬਨ ਜਿੰਨੇ ਵੀ ਮਾਈ ਭਾਈ ਇੱਥੇ ਬੈਠੇ ਨੇ, ਕੋਈ ਵੀ ਐਸਾ ਨਹੀਂ ਕਿ ਜਿਹਨੇ ਆਪਣੀ ਜ਼ਿੰਦਗੀ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਦੀ ਮੱਥਾ ਨਾ ਟੇਕਿਆ ਹੋਵੇ। ਸਗੋਂ ਇੰਝ ਕਹਿ ਸਕਦੇ ਹਾਂ ਵੀ ਆਪਣੀ ਜ਼ਿੰਦਗੀ ਅੰਦਰ ਅਸੀਂ ਤਾਂ ਬੇਅੰਤ 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 ਵਾਲੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ। ਔਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲਾ ਸਿੱਖ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕੋਟਾਨ ਕੋਟ ਨਮਸਕਾਰਾਂ ਕਰਨ ਵਾਲਾ ਸਿੱਖ, ਮਤਲਬ ਕਿੱਡੀ ਵੱਡੀ ਤ੍ਰਾਸਦੀ ਵਾਲੀ ਬਾਤ ਹੈ ਵੀ ਅਜੇ ਵੀ ਅਸੀਂ ਇੱਕ ਦੂਜੇ ਨੂੰ ਪੁੱਛੀ ਜਾਂਦੇ ਵੀ ਨਾਮ ਕਿੱਦਾਂ ਜਪੀਏ। ਜਦੋਂ ਅਸੀਂ ਇੱਦਾਂ ਦੀਆਂ ਕਹਾਣੀਆਂ ਅਜੇ ਵੀ ਘੜਦੇ ਹਾਂ ਨਾ, ਤਾਂ ਫਿਰ ਉਹ ਦੁਕਾਨਾਂ ਵਾਲੇ ਬੈਠੇ ਨੇ, ਉਹ ਕਹਿੰਦੇ ਵੀ ਇੱਧਰ ਆ ਮੈਂ ਤੈਨੂੰ ਨਾਮ ਦਿੰਦਾ, ਉਹ ਧੌਣੋਂ ਫੜ ਕੇ ਕੰਨ ਆਪਣੇ ਮੂੰਹ ਨਾਲ ਲਾ ਕੇ, ਅਤੇ ਪਤਾ ਨਹੀਂ ਉਹ ਕੀ ਸੁਣਾਉਂਦੇ ਕੀ ਨਹੀਂ ਸੁਣਾਉਂਦੇ। ਸਾਨੂੰ ਤਾਂ ਇਹੀ ਸਮਝ ਲੱਗਦੀ ਹੈ ਵੀ ਕੰਨਾ ਮੰਨਾ ਕੁਰ, ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰ। ਉਹ ਪਤਾ ਨਹੀਂ ਕਿਤਰਾਂ ਦੇ ਨਾਮ ਅੱਗੇ ਗਾਂਹ ਨਹੀਂ ਦੱਸਣਾ, ਇਹ ਕਿਸੇ ਨੂੰ ਤੂੰ ਨਹੀਂ ਦੱਸ ਸਕਦਾ, ਇਹ ਗੱਲ ਗਾਂਹ ਨਹੀਂ ਜਾਣੀ ਚਾਹੀਦੀ। ਮੈਂ ਤਾਂ ਇੱਕ ਮਾਈ ਨੂੰ ਇੱਦਾਂ ਵੀ ਦੇਖਿਆ ਵੀ ਉਹ ਖੇਸ ਦੇ ਵਿੱਚ ਬੜੀ ਨਾਮ ਜਪੀ ਜਾਵੇ, ਮੈਨੂੰ ਨਹੀਂ ਸੀ ਪਤਾ, ਮੈਂ ਕਿਹਾ ਠੰਡ ਠੁੰਡ ਲੱਗਦੀ ਜਾਂ ਪਤਾ ਨਹੀਂ ਕੀ ਗੱਲ ਹੈ, ਚੌਂਕੜੀ ਮਾਰ ਕੇ ਬੈਠੀ ਉੱਤੋਂ ਖੇਸ ਲਿਆ ਹੋਇਆ ਉਹਨੇ। ਉਹ ਜਦੋਂ ਵਿਹਲੀ ਹੋਈ ਤਾਂ ਮੈਂ ਕਿਹਾ ਵੀ ਇਹ ਕੀ ਸੀ, ਕਹਿੰਦੀ ਮੈਂ ਤਾਂ ਨਾਮ ਜਪਦੀ ਸੀ। ਮੈਂ ਕਿਹਾ ਵੀ ਇਹ ਨਾਮ ਜਪਣ ਦਾ ਖੇਸ 'ਚ ਵੜ ਕੇ ਕਿਹੜਾ ਤਰੀਕਾ ਹੋਇਆ, ਕਿਹੜੀ ਮਰਿਆਦਾ, ਕਿੱਥੇ ਲਿਖਿਆ? ਕਹਿੰਦੀ ਵੀ ਨਹੀਂ, ਉਹ ਜਦੋਂ ਨਾਮ ਲਿਆ ਸੀ ਤਾਂ ਫਿਰ ਉਹਨਾਂ ਨੇ ਬਾਬਿਆਂ ਨੇ ਕਿਹਾ ਸੀ ਵੀ ਇਹ ਗਾਂਹ ਕਿਸੇ ਨੂੰ ਦੱਸਣਾ ਨਹੀਂ, ਅਤੇ ਮੈਂ ਕਿਹਾ ਵੀ ਨਾ ਦੱਸੋ ਪਰ ਆ ਖੇਸ 'ਚ ਵੜਨ ਵਾਲੀ ਕਿਹੜੀ ਗੱਲ ਹੋ ਗਈ, ਖੇਸ 'ਚ ਵੜਨ ਵਾਲੀ ਗੱਲ ਤਾਂ ਕੋਈ ਨਹੀਂ ਬਣਦੀ। ਕਹਿੰਦੀ ਨਹੀਂ, ਉਹਨਾਂ ਨੇ ਅਗਲੀ ਗੱਲ ਵੀ ਸਮਝਾਈ ਵੀ ਅੱਜ ਕੱਲ੍ਹ ਦੀ ਦੁਨੀਆ ਬੜੀ ਪੜ੍ਹੀ ਲਿਖੀ ਆ, ਬੜੇ ਚਲਾਕ ਲੋਕ ਆ, ਇਹ ਤਾਂ ਬੁੱਲ ਹਿਲਦਿਆਂ ਤੋਂ ਪਤਾ ਲਾ ਲੈਂਦੇ ਵੀ ਇਹ ਕੀ ਕਰਦੇ ਨੇ, ਇਸ ਕਰਕੇ ਇਹ ਵੀ ਨਾ ਕਿਸੇ ਨੂੰ ਪਤਾ ਲੱਗ ਜਾਏ। ਜਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ, ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲੱਗੋਗੇ, ਅਤੇ ਮਹਾਰਾਜ ਕਦੀ ਵੀ ਐਸਾ ਜਿਹੜਾ ਤੁਹਾਡੇ 'ਤੇ ਪਾਬੰਦੀ ਨਹੀਂ ਲਾਉਂਦੇ। ਮਹਾਰਾਜ ਤਾਂ ਕਹਿੰਦੇ ਭਲਿਓ, ਜਿਹੜੀ ਗੱਲ ਤੁਹਾਨੂੰ ਗੁਰੂ ਦੀ ਪਤੇ ਲੱਗੀ ਹੈ ਤੁਸੀਂ ਅੱਗੇ ਸਮਝਾਓ, ਖਾਮੈ ਖਰਚੈ ਰਲ ਮਿਲ ਭਾਈ ਤੋਟ ਨਾ ਆਵੇ, ਵੱਧ ਹੋ ਜਾਈ, ਜਿਹੜੀ ਗੱਲ ਤੁਹਾਨੂੰ ਪਤਾ ਆ ਤੁਸੀਂ ਆਪ ਵੀ ਵਰਤੋ ਅਤੇ ਅੱਗੇ ਵੀ ਹੋਰ ਵਰਤਾਓ, ਕਦੀ ਮਨਾਹ ਨਹੀਂ ਕੀਤਾ ਗਿਆ। ਪਰ ਸਾਡੇ ਆਲੇ ਦੁਆਲੇ ਇਸੇ ਡੇਰਿਆਂ ਵਾਲੇ ਬੈਠੇ ਆ, ਕੋਈ 5 ਅੱਖਰਾਂ ਦਾ, ਕੋਈ 7 ਅੱਖਰਾਂ ਦਾ, ਪਤਾ ਨਹੀਂ ਕਿੱਦਾਂ ਕਿੱਦਾਂ ਦੇ ਨਾਮ ਦਿੰਦੇ ਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਸਮਝਣਾ, ਉਹਦੇ 'ਤੇ ਅਮਲ ਕਰਨਾ,
ਇਹ ਸਾਡਾ ਨਾਮ ਹੈ। ਵਾਹਿਗੁਰੂ ਅਕਾਲ ਪੁਰਖ ਜੀ ਨੂੰ ਹਰ ਵੇਲੇ ਆਪਣੇ ਜੀਵਨ ਵਿੱਚ ਚੇਤੇ ਰੱਖਣਾ, ਇਹ ਸਾਡਾ ਪਰਮੇਸ਼ਰ ਦਾ ਨਾਮ ਜਪਣ ਦਾ ਸਤਿਗੁਰੂ ਨੇ ਸਾਨੂੰ ਤਰੀਕਾ ਸਿਖਾਇਆ। ਦੂਜੀ ਗੱਲ, ਭੋਰਿਆਂ 'ਚ ਵੜ ਕੇ, ਕਦੀ ਖੇਸਾਂ 'ਚ ਵੜ ਕੇ, ਲਾਈਟਾਂ ਬੰਦ ਕਰਕੇ, ਕੋਈ ਪੁੱਠੇ ਸਿੱਧੇ ਹੋ ਕੇ, ਪਤਾ ਨਹੀਂ ਕਿੱਦਾਂ ਦੇ ਨਾਮ ਜਪ ਰਿਹਾ, ਚੀਕਾਂ ਮਾਰ ਰਿਹਾ, ਇਹ ਨਾਮ ਦੀ ਪਰਿਭਾਸ਼ਾ ਨਹੀਂ ਹੈ। ਨਾਮ ਦੀ ਪਰਿਭਾਸ਼ਾ ਜਿਹੜੀ ਮਹਾਰਾਜ ਨੇ ਦਿੱਤੀ ਹੈ, ਉਹਦੇ ਲਈ ਤੁਹਾਨੂੰ ਕੰਮ ਕਾਰ ਛੱਡਣ ਦੀ ਵੀ ਲੋੜ ਨਹੀਂ। ਸਗੋਂ ਮਹਾਰਾਜ ਬੜੇ ਪਿਆਰ ਨਾਲ ਇਹ ਬਾਤ ਸਾਨੂੰ ਸਮਝਾਉਂਦੇ ਆ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਜੇ ਵੇਲੇ ਦੀ ਗੱਲ ਕਰੋਗੇ ਕਿ ਕਿਹੜੇ ਵੇਲੇ ਜਪਣਾ ਹੈ, ਤੇ ਮਹਾਰਾਜ ਕਹਿੰਦੇ ਵੇਲਾ ਤਾਂ ਤੁਹਾਨੂੰ ਐਸਾ ਕਦੀ ਵੀ ਨਹੀਂ ਬਣਨਾ ਚਾਹੀਦਾ ਵੀ ਜ਼ਿੰਦਗੀ 'ਚੋਂ ਤੁਹਾਨੂੰ ਰੱਬ ਭੁੱਲ ਜਾਏ। ਮਹਾਰਾਜ ਤਾਂ ਇੰਝ ਕਹਿੰਦੇ ਨੇ, ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਭਾਈ ਹਰ ਵੇਲੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਗੁਰੂ ਕੇ ਦਿੱਤੇ ਹੋਏ ਅਸੂਲਾਂ ਦੀ ਪਾਲਣਾ ਕਰਦੇ ਰਹੋ, ਪਰਮੇਸ਼ਰ ਸਦਾ ਤੁਹਾਡੀ ਯਾਦ ਵਿੱਚ ਬਣਿਆ ਰਹੇ, ਇਹ ਸਿਮਰਨ ਤੁਹਾਡਾ ਸਦਾ ਹੀ ਬਣਦਾ ਰਹਿਣਾ ਚਾਹੀਦਾ, ਕਦੀ ਵੀ ਤੁਹਾਨੂੰ ਭੁੱਲਣਾ ਨਹੀਂ ਚਾਹੀਦਾ। ਇੱਕ ਤਿਲ ਪਿਆਰਾ ਬਿਸਤਰਾ ਰੋਗ ਵੱਡਾ ਮਨ ਮਾਹੇ। ਤੋ ਕਿਤੇ ਵੀ ਸਿੱਖ ਨੂੰ ਠੂਠਾ ਫੜ ਕੇ ਭਿਖਾਰੀ ਬਣ ਕੇ ਕਿਸੇ ਦੇਹਧਾਰੀ ਕੋਲ ਜਾਣ ਦੀ ਲੋੜ ਨਹੀਂ ਵੀ ਤੂੰ ਮੈਨੂੰ ਨਾਮ ਦੇ, ਮੈਂ ਤੇਰਾ ਚੇਲਾ, ਮੈਂ ਤੇਰਾ ਚੇਲਾ, ਇਹ ਗੱਲਾਂ ਜਿਹੜੀਆਂ ਇਹ ਗੁਰਮਤਿ ਵਿੱਚ ਪ੍ਰਵਾਨ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ, ਜੀਵਨ ਵਿੱਚ ਅਮਲ ਵਿੱਚ ਲਿਆਉਣਾ, ਔਰ ਪਰਮੇਸ਼ਰ ਦੇ ਇਹ ਸਾਰੇ ਗੁਣ ਹਮੇਸ਼ਾ ਗਾਉਂਦੇ ਰਹਿਣਾ, ਉਹਨੂੰ ਯਾਦ ਵਿੱਚ ਟਿਕਾ ਕੇ ਰੱਖਣਾ, ਇਹ ਸਿਮਰਨ ਸਾਡਾ ਸਦਾ ਬਣਿਆ ਰਹਿਣਾ ਚਾਹੀਦਾ। ਮਹਾਰਾਜ ਕਿਰਪਾ ਕਰਨ, ਰਹਿਮਤ ਕਰਨ। ਆਸ ਕਰਦਾ ਹਾਂ ਕਿ ਜਿੰਨੀਆਂ ਕੁ ਵਿਚਾਰਾਂ ਅਸੀਂ ਇੱਥੋਂ ਤੱਕ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਤੁਸੀਂ ਸਮਝਣ ਦਾ ਯਤਨ ਕੀਤਾ ਹੋਵੇਗਾ, ਔਰ ਜਿੰਨਾ ਕੁਝ ਤੁਹਾਡੀ ਸਮਝ ਵਿੱਚ ਆਇਆ ਉਹ ਸਾਡਾ ਨਹੀਂ ਹੈ, ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਜਾਣ ਕੇ ਆਪਣੇ ਜੀਵਨ ਦੇ ਪੱਲੇ ਬੰਨ੍ਹ ਲੈਣਾ, ਔਰ ਜਿੱਥੇ ਕਿਤੇ ਤੁਹਾਨੂੰ ਭਰਮ ਭੁਲੇਖਾ ਲੱਗਦਾ ਹੈ ਉੱਥੇ ਹੋਰ ਅੱਗੇ ਪੜ੍ਹਨ ਦੀ, ਸਮਝਣ ਦੀ, ਬਾਣੀ ਨੂੰ ਅਤੇ ਇਤਿਹਾਸ ਨੂੰ ਸਮਝਣ ਦੀ ਵੱਧ ਤੋਂ ਵੱਧ ਆਪ ਵੀ ਕੋਸ਼ਿਸ਼ ਕਰਨੀ ਤਾਂ ਕਿ ਸਾਡੇ ਭਰਮ ਭੁਲੇਖੇ ਦੂਰ ਹੋਵਣ। ਅਖੀਰ 'ਤੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ, ਇੱਕ ਤਾਂ ਬਾਣੀ ਆਪ ਪੜ੍ਹੋ, ਜਿੰਨੀ ਪੜ੍ਹ ਸਕਦੇ ਹੋ ਭਾਵੇਂ ਥੋੜ੍ਹੀ ਤੋਂ ਥੋੜ੍ਹੀ ਪੜ੍ਹ ਲਓ, ਪਰ ਆਪ ਪੜ੍ਹੋ, ਮੁੱਲ ਨਾ ਪੜਾਓ, ਠੇਕੇ 'ਤੇ ਕੰਮ ਨਾ ਕਰਾਓ, ਆਪ ਪਾਠ ਕਰੋ। ਦੂਜੀ ਬੇਨਤੀ, ਜਿਹੜੇ ਵੀ ਵੀਰ ਭੈਣਾਂ ਮੜੀਆਂ ਕਬਰਾਂ 'ਤੇ ਦੀਵੇ ਜਗਾਉਂਦੇ ਆ ਉਹ ਅੱਜ ਤੋਂ ਬੰਦ ਕਰ ਦਿਓ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬਹਿ ਕੇ ਦਿਲੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਵਾਅਦਾ ਕਰ ਲਈਏ, ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਬਹਿ ਕੇ ਦਿਲ ਅੰਦਰ ਇੱਕ ਭਰੋਸਾ ਬਣਾ ਲਈਏ, ਸਭ ਤੋਂ ਵੱਡਾ ਸ਼ਬਦ ਹੈ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਭਾਈ ਸਭ ਤੋਂ ਵੱਡਾ ਸਤਿਗੁਰ ਨਾਨਕ ਹੈ, ਅਤੇ ਜੇ ਗੁਰੂ ਨਾਨਕ ਸਾਹਿਬ ਨਾਲ ਸੰਬੰਧ ਬਣਾ ਲਿਆ ਤਾਂ ਹੁਣ ਸਾਨੂੰ ਹੋਰ ਆਸੇ ਪਾਸੇ ਝਾਕਣ ਦੀ ਲੋੜ ਨਹੀਂ ਹੈ, ਡਰਨ ਦੀ ਲੋੜ ਨਹੀਂ ਹੈ। ਆ ਕਈ ਡਰੀ ਜਾਂਦੇ ਆ, ਲੈ ਜੇ ਅੱਜ ਨਾ ਜਗਾਇਆ ਤਾਂ ਫਿਰ ਕੱਲ੍ਹ ਨੂੰ ਉਹ ਗਲ ਘੁੱਟੂਗਾ, ਕਿ ਉਹ ਤਾਂ ਬੰਦੇ ਨੂੰ ਐਂ ਦੱਬ ਲੈਂਦਾ ਆ, ਉਹ ਤਾਂ ਮੰਜੇ 'ਤੇ ਚੜ੍ਹ ਜਾਂਦਾ, ਉਹ ਸਵੇਰੇ ਉੱਠਣ ਨਹੀਂ ਦਿੰਦਾ, ਫਿਰ ਸਿਰ ਦਰਦ ਹੁੰਦਾ ਆ, ਲੱਤਾਂ ਪੀੜ ਹੁੰਦੀ, ਕੱਖ ਨਹੀਂ ਹੁੰਦਾ। ਆ ਪਤਾ ਨਹੀਂ ਕਿੰਨੇ ਸਾਲ ਹੋ ਗਏ ਸਾਨੂੰ ਇੱਦਾਂ ਬੋਲਦਿਆਂ ਨੂੰ, ਜਿੱਥੇ ਜਾਂਦੇ ਹਾਂ ਉੱਥੇ ਇਹਨਾਂ ਦੇ ਖਿਲਾਫ ਬੋਲਦੇ ਹਾਂ, ਕੋਈ ਸਾਹਮਣੇ ਨਹੀਂ ਆਉਂਦਾ, ਨਾ ਕੋਈ ਸਿਰ 'ਤੇ ਆਇਆ, ਨਾ ਕੋਈ ਢਿੱਡ ਪੀੜ, ਕੁਛ ਨਹੀਂ ਹੁੰਦਾ। ਫਿਰ ਸਾਨੂੰ ਕਈ ਮਾਈਆਂ ਨਾ ਬੜੇ ਇੱਦਾਂ ਦੇ ਲਹਿਜੇ ਨਾਲ ਕਹਿੰਦੀਆਂ, ਆਹੋ ਤੁਹਾਨੂੰ ਕੀ ਹੋਣਾ, ਤੁਸੀਂ ਤਾਂ ਬਾਣੀ ਪੜ੍ਹਦੇ ਹੋ, ਜੇ ਸੌਖਾ ਇਲਾਜ ਹੈ ਤਾਂ ਇਹ ਤਾਂ ਤੁਸੀਂ ਲੱਭ ਲਿਆ, ਸੌਖਾ ਇਲਾਜ ਹੈ, ਬਾਣੀ ਪੜ੍ਹਨ ਨਾਲ ਇਹਦਾ ਮਤਲਬ ਨਹੀਂ ਆਉਂਦਾ, ਤੁਸੀਂ ਆਪੇ ਕਹਿ ਦਿੱਤਾ। ਸਾਨੂੰ ਆਪ ਯਤਨ ਕਰਨਾ ਚਾਹੀਦਾ। ਅਗਲੀ ਬੇਨਤੀ ਨੌਜਵਾਨ ਵੀਰਾਂ ਵੱਲ, ਬਜ਼ੁਰਗਾਂ ਵੱਲ, ਜੇ ਕੋਈ ਬਜ਼ੁਰਗ ਵੀਰ ਨਸ਼ੇ ਦੀ ਵਰਤੋਂ ਕਰਦਾ, ਜਿਸ ਪਰਿਵਾਰ ਵਿੱਚ ਨਸ਼ੇ ਦੀ ਵਰਤੋਂ ਹੁੰਦੀ ਆ, ਗੁਰੇਜ਼ ਕਰੋ,
ਆਪਣੇ ਘਰੋਂ ਇਸ ਬਿਮਾਰੀ ਨੂੰ ਕੱਢੋ ਔਰ ਸਾਨੂੰ ਪਿੰਡ ਪੱਧਰ 'ਤੇ ਆਪੋ ਆਪਣੇ ਪਿੰਡਾਂ ਦੇ ਵਿੱਚ ਐਸਾ ਯਤਨ ਕਰਨਾ ਚਾਹੀਦਾ, ਇੰਨੀ ਮਜ਼ਬੂਤੀ ਲਿਆਉਣੀ ਚਾਹੀਦੀ ਆ ਜਿਹੜੀ ਕਿ ਅੱਜ ਹੈ ਨਹੀਂ, ਦਿਖਾਈ ਨਹੀਂ ਦਿੰਦੀ। ਸਾਨੂੰ ਗੁਰਦੁਆਰੇ ਦੀਆਂ ਕਮੇਟੀਆਂ ਔਰ ਪੰਚਾਇਤਾਂ ਨੂੰ ਇੰਨਾ ਮਜ਼ਬੂਤ ਕਰ ਲੈਣਾ ਚਾਹੀਦਾ ਕਿ ਸਾਡੇ ਪਿੰਡਾਂ ਅੰਦਰ ਨਸ਼ਾ ਜਿਹੜਾ ਉਹ ਨਾ ਕੋਈ ਵਰਤਾ ਸਕੇ ਅਤੇ ਨਾ ਹੀ ਸਾਡੇ ਪਿੰਡਾਂ ਦੇ ਵਿੱਚ ਨਸ਼ਾ ਜਿਹੜਾ ਉਹ ਪੀਣ ਵਾਲਾ ਲੱਭਦਾ ਹੋਵੇ। ਔਰ ਸਾਨੂੰ ਇਹ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ, ਯਤਨ ਕਰਾਂਗੇ ਅਤੇ ਅਗਲੇ ਅੱਗੇ ਗੱਲ ਤੁਰਨੀ ਆ। ਜੇ ਅਸੀਂ ਇੱਦਾਂ ਹੱਥ 'ਤੇ ਹੱਥ ਧਰ ਕੇ ਬੈਠੇ ਰਹਿ, ਐਵੇਂ ਹੀ ਬਸ ਕਿਸੇ ਨੂੰ ਥਾਣੇ ਫੜਾਤਾ, ਕਿਸੇ ਨੂੰ ਛਡਾ ਲਿਆਂਦਾ, ਇੰਨਾ ਹੀ ਕੰਮ ਸਾਡਾ ਨਹੀਂ ਹੈ। ਇਸ ਤੋਂ ਅਗਲੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸਾਡੀਆਂ ਬਣਦੀਆਂ ਜਿਹੜੀਆਂ ਸਾਨੂੰ ਨਿਭਾਉਣੀਆਂ ਚਾਹੀਦੀਆਂ। ਨਸ਼ਿਆਂ ਤੋਂ ਗੁਰੇਜ਼ ਕਰਨਾ ਚਾਹੀਦਾ, ਸਾਬਤ ਸੂਰਤ ਹੋਵੋ, ਦਸਤਾਰਾਂ ਬੰਨਿਆ ਕਰੋ ਔਰ ਪੂਰੀ ਤਰ੍ਹਾਂ ਸਾਬਤ ਸੂਰਤ ਹੋ ਕੇ ਕੇਵਲ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਤੇ ਵੀ ਸਾਡਾ ਸਿਰ ਨਹੀਂ ਝੁਕਣਾ ਚਾਹੀਦਾ। ਸਾਡਾ ਗੁਰੂ ਕੇਵਲ ਅਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਹੁਣੇ ਆਪਾਂ ਪੜ੍ਹਨਾ ਅਤੇ ਸਾਰੀਆਂ ਥਾਵਾਂ 'ਤੇ ਪੜ੍ਹਿਆ ਜਾਂਦਾ, ਪਤਾ ਨਹੀਂ ਕਿੰਨੀ ਵਾਰੀ ਆਪਾਂ ਇਹ ਪੜ੍ਹ ਚੁੱਕੇ ਹਾਂ। ਆ ਗਿਆ ਭਾਈ ਅਕਾਲ ਕੀ ਤਬੀ ਚਲਾਇਓ ਪੰਥ, ਤਬੀ ਚਲਾਇਓ ਪੰਥ ਚਲਾਇਆ ਸੀ, ਡੇਰੇ ਨਹੀਂ ਚਲਾਏ, ਤਬੀ ਚਲਾਇਓ ਪੰਥ ਸਭ ਸਿੱਖਣ ਕੋ। ਹਾਂ, ਇਕੱਲਿਆਂ ਪ੍ਰਚਾਰਕਾਂ ਗ੍ਰੰਥੀਆਂ ਨੂੰ ਨਹੀਂ ਹੈ, ਸਭ ਸਿੱਖਣ ਕੋ ਹੁਕਮ ਹੈ। ਅੱਗੇ ਜੀ ਮਾਨਿਓ ਕਿ ਪੂਜਿਓ, ਮਾਨਿਓ ਆ ਨਾ, ਮਾਨਿਓ ਦਾ ਅਰਥ ਹੈ ਮੰਨਿਓ, ਪੂਜਿਓ ਨਹੀਂ ਹੈ। ਅਸੀਂ ਕੇਲੀ ਪੂਜਾ ਹੀ ਕਰੀ ਜਾਂਦੇ ਹਾਂ, ਪੂਜਾ ਤੱਕ ਨਹੀਂ ਰਹਿਣਾ, ਅਸੀਂ ਮੰਨਣ ਤੱਕ ਜਾਣਾ। ਗੁਰੂ ਗ੍ਰੰਥ ਸਾਹਿਬ ਜੋ ਕਹਿੰਦੇ ਆ ਉਹਨੂੰ ਇੰਨ ਬਿੰਨ ਮੰਨ ਲਈ। ਮਹਾਰਾਜ ਕਿਰਪਾ ਕਰਨ, ਇੱਥੇ ਵਿਚਾਰਾਂ ਨੂੰ ਅਸੀਂ ਵਿਰਾਮ ਦਿੰਦੇ ਹਾਂ। ਆਸ ਕਰਦੇ ਹਾਂ ਕਿ ਜਿੰਨੀਆਂ ਕੁ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਹਨਾਂ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਸੰਭਾਲ ਕੇ ਘਰਾਂ ਵਿੱਚ ਲੈ ਕੇ ਜਾਓਗੇ, ਹੋਰ ਵੀਰਾਂ ਭੈਣਾਂ ਤੱਕ ਵੀ ਪਹੁੰਚਾਉਣ ਦਾ ਯਤਨ ਕਰੋਗੇ। ਤੁਹਾਡੇ ਨਾਲ ਵਿਚਾਰ ਕਰਦਿਆਂ, ਸੇਵਾ ਕਰਦਿਆਂ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ, ਗਲਤੀਆਂ, ਵਾਧ ਘਾਟ ਤੁਹਾਨੂੰ ਨਜ਼ਰ ਆਈ ਹੋਏਗੀ। ਕਈ ਸ਼ਬਦ ਐਸੇ ਜਿਹੜੇ ਤੁਹਾਡੇ ਦਿਲ ਨੂੰ ਦੁਖਾਉਂਦੇ ਹੋਣਗੇ, ਉਹਦੇ ਲਈ ਤੁਹਾਡੇ ਸਾਰਿਆਂ ਕੋਲੋਂ ਦੋਵੇਂ ਹੱਥ ਜੋੜ ਕੇ ਅਸੀਂ ਜਥੇ ਵੱਲੋਂ ਖਿਮਾ ਵੀ ਮੰਗਦੇ ਹਾਂ। ਔਰ ਇੱਥੇ ਸਾਰੇ ਪ੍ਰਬੰਧਕ ਵੀਰਾਂ ਦਾ, ਸਾਰੀ ਆਈ ਹੋਈ ਇਲਾਕੇ ਦੀ ਸੰਗਤ ਦਾ, ਜਿੰਨੇ ਵੀ ਵੀਰ ਭੈਣਾਂ ਤੁਸੀਂ ਆਏ ਹੋ ਦੂਰ ਦੁਰਾਡੇ ਤੋਂ, ਤੁਹਾਡਾ ਸਾਰਿਆਂ ਦਾ ਸਿੱਖੀ ਲਹਿਰ ਦੇ ਸਮੁੱਚੇ ਜਥੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਮਾਂ ਦਿੱਤਾ ਔਰ ਬੜੀ ਇਕਾਗਰਤਾ ਨਾਲ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਲੰਬਾ ਸਮਾਂ ਗੁਰਮਤ ਵਿਚਾਰਾਂ ਦਾ ਨਿੱਘ ਮਾਣਿਆ ਹੈ। ਸਰਬੱਤ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਫੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ